ਤੁਸੀਂ ਪਤਾ ਨੀ ਕਿਸ ਚੀਜ਼ ਨੀ ਸ਼ਰਮ ਅਸ਼ਰੀ ਆ ਯਾਰਾ, ਅਸਾਂ ਨੇ ਬੜਕੇ ਵੀ ਇਹੀ ਕੰਮ ਕਰਨੇ ਨੇ। ਆਹ ਆਹ ਤਾਂ ਕਿਆ ਮੁੜਾ ਤੁਹਾਡਾ ਸੁਰ ਚ? ਓ ਪਾਪਾ, ਹੁਣ ਜ਼ਮਾਨੇ ਬਦਲੀ ਗਏ ਨੇ, ਸ਼ਹਿਰਾਂ ਵਿੱਚ ਰਹਿਣ ਵਾਸਤੇ ਨਾ ਆਪਣੇ ਆਪ ਕੀ ਤਬਦੀਲ ਕਰਨਾ ਪੈਣਾ। ਹੁਣ ਮੈਂ ਇਹ ਗ੍ਰਾਂ ਵਾਲਾ ਕੰਮ ਜਾਈ ਕੇ ਸ਼ਹਿਰਾਂ ਤੇ ਨਾ ਕਰੀ ਸਕਣਾ ਨਾ, ਡੰਗ ਡੰਗਾ ਡੰਗ ਡੰਗ ਡੰਗਾ ਡੰਗ ਡੰਗ। ਓਏ ਕਰਮੂ ਬਾਜੀ ਕਰਾ, ਓਏ ਤੂੰ ਸੁਰ ਭੁੱਲੀ ਗਿਆ, ਓਏ ਅਸਲ ਸੁਰ ਆਇਆ ਦੰਦੜਾ ਦਰ ਦੰਦੜਾ ਦਰ ਦੰਦੜਾ ਦਰ 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 ਦਾ। ਹਲੋ ਯਾਰ, ਛੱਡ ਸਾਰੀਆਂ ਗੱਲਾਂ ਗੀ, ਤੂੰ ਵੀ ਕੀ ਬਾ ਕਿ ਮਾੜਾ ਪਤਰੀਆ ਕੋਈ ਕੰਮ ਵੀ ਕਰਨਾ, ਬਸ ਯਾਰ ਸੁਰ ਚ ਰਹਿਣਾ। ਓ ਪਾਪਾ, ਇਸ ਕਹਿ ਸੁਰਾ ਚ ਹੋਣਾ, ਕੰਮ ਸ਼ੰਮ ਤਾਂ ਕੋਈ ਨੀ ਕਰਨਾ, ਪਰ ਮੈਂ ਇਸ ਕੀ ਅੱਠ ਜਮਾਤਾਂ ਪੜ੍ਹਾਇਆ ਹੀ। ਅੱਠ ਜਮਾਤਾਂ? ਇੱਕ ਦੋ ਅੱਠ ਜਮਾਤਾਂ ਪੜ੍ਹਾਈ ਛੁੜਿਆ? ਹਾਂ ਪਾਪਾ, ਸਾਡੇ ਖਾਨਦਾਨ ਜਿੰਨਾ ਕੋਈ ਪੜ੍ਹਿਆ ਲਿਖਿਆ ਹੈ। ਅਸਾਂ ਨੀ ਤਰੇ ਨਸਲਾਂ ਚ ਤਾਂ ਪੜ੍ਹਿਆ ਕੋਈ ਨੀ, ਪਰ ਚੌਥੀ ਦਾ ਤੁਸੀਂ ਪਤਾ ਸੀ। ਓ ਪਾਪਾ, ਮੈਂ ਤਾਂ ਤੁਹਾਡੇ ਨਾਲ ਬਹੁਤ ਨਿਕਾਂ ਯਾਰ। ਹਾਂ, ਉਹ ਵੀ ਗੱਲ ਠੀਕ ਹੈ ਯਾਰ। ਸੱਚੀ ਚਾਚਾ ਜੀ, ਪਾਪਾ ਮੁਨੀਰ ਅੱਠ ਜਮਾਤਾਂ ਪੜ੍ਹਿਆ? ਬਿੱਡੋ, ਤੂੰ ਕਿਤਨੀ ਵੱਡੀ ਹੋਈ ਗਈ ਹੈ। ਤੁਸੀਂ ਹੀ ਦੋ ਠਹਿਰ ਲੰਬੇ ਹੋਈ ਗਏ ਹੋ ਪਾਪਾ ਮੁਨੀਰ ਹੁਸੈਨ। ਅੱਬਾ, ਤੁਹਾਨੂੰ ਨਾ ਬਿੱਲੋ ਮਿਗੀ ਪਾਪਾ ਆਖਣੀ ਹੈ। ਓ ਮਾੜੇ ਸਾਦਿਆ ਪੁੱਤਰਾ, ਉਹ ਤੁਹਾਡੇ ਤਾਏ ਨੀ ਧੀ ਹੈ, ਤੇ ਕੀ ਪਾਪਾ ਨਾ ਆਖਸੀ ਤਾਂ ਹੋਰ ਕਿਆ ਆਖਸੀ? ਉਹ ਕਰਮੂ, ਇਹ ਤੁਹਾਡਾ ਮੁੰਡਾ ਹੁਣ ਸੁਰ ਚ ਨਹੀਂ ਰਿਹਾ, ਇਹ ਕੀ ਆਖਣਾ ਪਿਆ? ਉਹ ਪਾਪਾ, ਮਾੜੇ ਦਿਲਾਂ ਦੀ ਇਹ ਮਰਜ਼ੀ ਹੈ, ਮੈਂ ਬਿੱਲੋ ਨਾਲ ਅਤੇ ਆਪਣੇ ਇਸ ਪੁੱਤਰਾਂ ਨਾਲ ਰਿਸ਼ਤਾ ਕਰੀ ਛੋੜਾਂ, ਤੁਹਾਡਾ ਕਿਆ ਖਿਆਲ ਹੈ? ਉਹ ਕੀ ਨਹੀਂ ਯਾਰਾ, ਇਹ ਮਾੜਾ ਪਤਰੀਆ, ਇਸ ਤੋਂ ਚੰਗਾ ਕੋਈ ਹੋ ਸਕਣਾ? ਮੈਂ
ਤੇ ਮਨੀਰ ਨਾਲ ਸ਼ਾਦੀ ਕਰਨੀ। ਓਹੋ ਜੁਲਦੁਲ ਤੂੰ ਜੁਲੰਦਰ ਬੜੇ ਇਹਨਾਂ ਗੱਲਾਂ 'ਚ ਨਹੀਂ ਬੋਲੀ ਨਾ, ਇਹ ਅਸਣਾ ਕੰਮ ਹੈ ਤੁਹਾਡਾ, ਇਸ ਤਰ੍ਹਾਂ ਕਿੱਥੇ ਕਰਸਾਂ। ਤੁਸੀਂ ਇਹਨਾਂ ਨਹੀਂ ਤਾਂ ਮਾੜੀ ਰਿਸ਼ਤੇ ਦੀ ਗੱਲ ਨਾ ਕਰਸੋ। ਉਹ ਕਰਮੂ ਬਾਜੀਗਰਾ ਫਿਕਰ ਆਈ ਕੋਈ ਗੱਲ ਨਹੀਂ, ਉਹ ਧੀਆਂ ਵਿਚਾਰੀਆਂ ਸ਼ਰਮਾਣੀਆਂ, ਨਾਲੇ ਤੁਸੀਂ ਪਤਾ ਇਸਨੀ ਮਾਂ ਵੀ ਮੈਂ ਅਤੇ ਪਿਓ ਵੀ ਮੈਂ, ਮੰਨੀ ਜਾਸੀ। ਅੱਬਾ ਜੀ ਬਿੱਲੂ ਕਿਆ ਆਖਣੀ ਪਈ ਨਾ, ਤੂੰ ਕੰਨਾਂ 'ਚ ਤੁੱਕੇ ਦਿੱਤੇ ਨੇ, ਤੀ ਨਹੀਂ ਸਮਝ ਆਈ ਉਹ ਕਿਆ ਆਖਣੀ ਆ ਪਈ, ਨਾਲੇ ਆਪਣੇ ਦਿਮਾਗਾਂ ਪਰ ਇੰਨਾ ਜ਼ੋਰ ਨਾ ਦੇ, ਇਹ ਸਾੜਿਆਂ ਬੜਿਆਂ ਦੀ ਗੱਲ ਹੈ। ਯਾਰ ਅੱਜ ਕੱਲ੍ਹ ਦੇ ਮੁੰਡਿਆਂ ਕੁੜੀਆਂ ਕੀ ਪਤਾ ਨਹੀਂ ਕੀ ਹੋਈ ਗਿਆ, ਆਪਣੀ ਬਣਾਉਣੇ ਮੈਂ ਤਾਂ ਯਕੀਨ ਕਰੀ ਸੀ ਮਾਂ ਵੀ ਤੱਕਿਆ ਬਣੀ ਸੀ। ਹਾਂ ਬੜੀ ਉਹ ਪਾਪਾ ਉਹ ਸਾਦੇ ਜ਼ਮਾਨੇ ਸਨ, ਹੁਣ ਨਾਜ਼ੁਕ ਦੌਰ ਆ ਗਿਆ ਨਾ। ਫਟਨੇ ਜੋ ਗਿਆ ਤੂੰ ਤਾਂ ਕਿਸੇ ਪਾਸੇ ਨੇ, ਤੁਹਾਡੀ ਕਸ਼ਤੀ ਡੁੱਬੀ ਗਈ। ਉਹ ਕਹਿ ਬਲਲੀਆਂ ਮਾਰਨੇ ਪਿਆ, ਬਲ ਤੇਰਾ ਕੋਈ ਗੱਲ ਦੱਸ। ਬਲ ਤੇਰਾ ਮੈਂ ਜਿਸਲੇ ਦੱਸਾਂ ਤੁਹਾਡੇ ਕੰਨਾਂ ਦਾ ਧੂੰਆਂ ਨਿਕਲ ਸੀ। ਉਹ ਕਹਿ ਗੱਲ ਸਵੇਰੇ ਸਵੇਰੇ ਕਿਆ ਹੋਈ? ਸਵੇਰੇ ਸਵੇਰੇ ਓਏ ਮਤ ਮਤ ਮਾਰ, ਓਏ ਸਵੇਰ ਨਹੀਂ ਆ ਤੇ ਆਣ ਘਰ ਸ਼ਾਮ ਹੋਈ ਗਈ ਆ, ਤੇ ਜਿਹੜੀ ਮੈਂ ਹੁਣ ਤੁਸੀਂ ਖਬਰ ਸੁਣਾ ਸਾਂ ਨਾ, ਤੁਹਾਡੀਆਂ ਅੱਗਾਂ ਗਾ ਹਨੇਰਾ ਵੀ ਐਸੀ ਆ। ਓ ਯਾਰ ਕਿਆ ਬੁਝਾਰਤਾ ਪਾਉਣਾ ਪਿਆ ਯਾਰ, ਮਾੜਾ ਨਾ ਬਲੱਡ ਪ੍ਰੈਸ਼ਰ ਲੋ ਹੋਣਾ ਪਿਆ। ਓਏ ਦਿਲ ਹੈ ਕੀ ਮਜ਼ਬੂਤ ਕਰ ਆਈਆਂ, ਦਿਲ ਹੈ ਕੀ ਮਜ਼ਬੂਤ ਕਰ, ਧਿਆਣੇ ਨਾਲ ਸੁਣ, ਕੰਨਾਂ ਨੇ ਚੱਪੇ ਖੋਲ, ਬਿੱਲੋ ਨਾ ਪਿਓ ਬਿੱਲੋ ਨਾ ਵਿਆਹ ਕੁੜਿਆ, ਹੋਰ ਕਰ ਨਹੀਂ ਪਿਆ ਵੋ ਨਹੀਂ, ਜਿਹੜੇ ਝੂਠ ਬੋਲੇ ਮੌਲਾ ਉਹ ਸਖਤਾ ਕਰ ਬਿੱਲੋ। ਉਹ ਸੌ ਵਾਰੀ ਆ ਗਿਆ ਖੰਗੂ ਨਾ ਸੀਰਪ ਪੀਆ ਕਰ। ਨਹੀਂ ਅਸ਼ੁਰਲੀ ਹੁਣ ਮੈਂ ਸੀਰਪ ਨਾ ਪੀਸਾਂ, ਹੁਣ ਮੈਂ ਦੁਸ਼ਮਣਾ ਨਾ ਖੂਨ ਪੀਸਾਂ। ਯਾਰ ਕੌਣ ਵਾਲਾ ਖੂਨ ਕੀਆਂ ਪੀਸੇ, ਉਹਨਾਂ ਕੀ ਕਾਲਾ ਹੈ ਪਟੈਟਸ ਹੋਇਆ ਹੋਇਆ। ਯਾਰ ਹੁਣ ਕੋਈ ਮਸ਼ਵਰਾ ਦੇ ਨਾ, ਤੂੰ ਤਾਂ ਫਿਰ ਚਾਰ ਜਮਾਤਾਂ ਪੜਿਆ, ਮੈਂ ਤਾਂ ਚਿੱਟਾ ਅਨਪੜ੍ਹ ਰੇੜਾ ਵਾੜਿਆ ਲਾ। ਓ ਤੇ ਤੂੰ ਜ਼ਰਾ ਅਨਪੜ੍ਹ ਹੈ ਨਾ, ਮੈਂ ਜ਼ਰਾ ਪ੍ਰਾਇਮਰੀ ਸ਼ੈਮਰੀ ਤਰਪਿਆ ਹੋਇਆ ਉਹਨੂੰ, ਜ਼ਰਾ ਕੋਈ ਐਸੀ ਗੱਲ ਨਹੀਂ। ਮੈਂ ਤਾਂ ਹੁਣ ਮਾੜੇ ਜ਼ਹਿਨ ਚੈੱਕ ਤਰ ਕੀ ਬਾਈ ਆ। ਉਹ ਕਿਹੜੀ? ਆ ਜੁਲੀ ਤੂੰ ਉਹਨਾਂ ਨਾਲ ਗੱਲ ਕਰਨੀ ਆ ਕਿ ਗੱਲ ਕਰੋ? ਗੱਲ ਕਿਹੜੀ ਹੈ? ਗੱਲ ਇਹ ਨਾ ਹੋਸੀ, ਗੱਲ ਉਹ ਹੋਸੀ, ਗੱਲ ਉਹ ਹੋਸੀ ਜਿਹੜੀ ਅਸਾਂ ਸਾਂ, ਬਿਲਕੁਲ ਉਹੀ ਹੋਸੀ। ਹੈਂ ਚੱਲ ਆ ਗੱਲ ਕਰੀਏ, ਮੈਂ ਤਾਂ ਗੱਲਾਂ 'ਚ ਗੱਲ ਨਿਕਲੀ ਅੱਛਾ ਜੋ ਲੱਗਿਆ ਲੱਗ ਅੱਗੇ ਹੈ ਅੱਗੇ ਤੂੰ ਲੱਗ ਮੈਂ ਲੈ ਲੈ ਚੱਲ ਆ ਜਾ। ਉਹ ਕਰਮ ਜੀਨਾ ਯਾਰਾ ਤੂੰ ਘਬਰਾਉਣਾ ਕੀ ਆ, ਹੋਸੀ ਉਹ ਜੋ ਮੈਂ ਚਾਹਾਂ। ਉਹ ਪਾਪਾ ਮੈਂ ਨਾ ਘਬਰਾਸਾਂ ਤਾਂ ਹੋਰ ਕੌਣ ਘਬਰਾਸੀ, ਉਹ ਮੈਂ ਬਿੱਲੋ ਕੀ ਤੱਕਿਆ ਉਸਨੇ ਇਰਾਦੇ ਮੇਰੀ ਕੋਈ ਠੀਕ ਨਹੀਂ ਲੱਗਣੇ। ਤੂੰ ਤੇ ਮੈਨੂੰ ਘਬਰਾਵਾ ਛੁੜਿਆ ਵੇ, ਉਹ ਤੁਸੀਂ ਪਤਾ ਅਸਾਂ ਬਾਜੀ ਗਿਰਾਂ ਨੇ ਦਿਲ ਪਹਿਲੇ ਬਹੁਤ ਛੋਟੇ ਹੋਣੇ, ਕੋਈ ਰੱਬ ਨਾ ਵਾਸਤਾ ਇਹ ਗੱਲ ਨਾ ਕਰੀਏ। ਤਾਇਆ ਮਾੜਾ ਦਿਲ ਬਹੁਤ ਬੜਾ, ਤੂੰ ਮਾੜਾ ਵਿਆਹ ਬਿੱਲੋ ਨਾਲ ਕਰ, ਮੈਂ ਉਸਕੀ ਠੀਕ ਕਰੀ ਫਿਰ ਸਾਂ। ਮੈਂ ਤੁਸਾਂ ਦਾ ਜਮਾਈ ਬਣਸਾਂ ਲਾਲ ਮਰਾਸਾ।
ਯਾਰ ਕੁੱਥੇ ਗਿਆ? ਆਓ ਪੁੱਤਾ, ਕੈਚ ਕੀਤੇ ਕ੍ਰਿਸ ਗੇਲ ਨੇ ਆ ਪੁੱਤਰਾ, ਇਹ ਸਟੇਡੀਅਮ ਵਿੱਚ ਕੈਚ ਕਰਿਆ ਕਰ। ਬਾਹਰ ਲਾਸ਼ੇ ਪੈਰਾਂ ਕੀ ਨਹੀਂ ਉਹ ਗੱਲ ਤਾਂ ਸੁਣੋ, ਉਹ ਗੱਲ ਸੁਣੋ, ਮਾੜੀ ਗੱਲ ਸੁਣੋ, ਉਹ ਲੜਾਈ ਝਗੜੇ ਨਾਲ ਕੋਈ ਫਾਇਦਾ ਨਹੀਂ, ਛੋੜ ਦੇ। ਲੜਾਈ ਝਗੜੇ ਨਾਲ ਕਹਿ ਬਾਤ ਹੋਈ ਦੰਦਾਂ ਥੱਲੇ ਆਈ ਟੁੱਟਿਆ ਕੈਸੇ, ਇਹ ਲੜਾਈ ਝਗੜੇ ਨਾਲ ਜਿਹੜੀ ਗੱਲ ਪਿਆਰ ਮੁਹੱਬਤ ਨਾਲ ਮੁੱਕੀ ਕੇ ਚੱਕਿਆ ਉਹ ਥੋੜੇ ਦੇ ਮੂੰਹ ਆ ਲਿਆ। ਗੱਲ ਸੁਣੋ ਨਾ ਜੀ, ਇਹ ਦਾਮ ਛੋਟੇ ਨਾਲ ਭਾਈ ਜੀ ਰਿਸ਼ਤੇ ਨਹੀਂ ਹੋਣੇ। ਬਹਿ ਕੇ ਗੱਲ ਕਰਨੀ ਆ ਪਾਪਾ, ਬਹਿ ਕੇ ਪਿੱਛਾ ਕਰ, ਪਿੱਛਾ ਕਰ, ਬਹਿ ਕੇ ਗੱਲ ਕਰੋ, ਪਿੱਛਾ ਕਰ। ਚੰਗਿਆ ਤੂੰ ਆ ਕੇ ਉਹ ਬਿੱਲੋ ਅੱਛੀ ਨਹੀਂ ਆ, ਉਹ ਮੈਂ ਬਿਸਮਿਲਲਾ ਕਰ। ਅੱਛਾ ਤੂੰ ਬਿਸਮਿਲਲਾ ਕਰ। ਪਹਿਲੇ ਸਿੱਖ ਕਮਛਾਣ ਬੱਚਿਆਂ ਤੋਂ ਤੂੰ ਆਈ ਆ, ਓਏ ਜੁਲ ਕਰ। ਮੈਂ ਨਾ ਜੁਲ ਕੇ ਹੁੰਦਾ ਸੀ, ਤੂੰ ਤੂੰ ਕਹਿੰਦਾ ਸਰ ਪਾਪਾ ਮੁਨੀਰ ਹੁਸੈਨ ਪਾਪਾ ਨਾ ਹੀ। ਬਿੱਲੋ ਤੂੰ ਫਿਕਰ ਨਾ ਕਰ, ਜੱਗਾ ਅੱਛੀ ਰਿਹਾ, ਤੁਹਾਡਾ ਵਿਆਹ ਤੁਹਾਡੇ ਨਾਲ ਹੀ ਹੋਸੀ। ਓਏ ਕੀ ਹੋਸੀ ਤੁਹਾਡੇ ਨਾਲ ਵਿਆਹ, ਇਹ ਮਾੜੀ ਧੀ ਹੈ, ਮਾੜੀ ਮਰਜ਼ੀ ਨਾਲ ਵਿਆਹ ਹੋਸੀ ਤੇ ਬਰਾਦਰੀ ਚ ਹੋਸੀ। ਆਪਣਾ ਕਰਮੂ ਬਾਜੀ ਤੇਰਾ, ਤੂੰ ਕੀ ਨਹੀਂ ਬੋਲਾ? ਉਹ ਚੰਗਾ ਕੀਤਾ ਹੋ ਪਾਪਾ, ਤੂੰ ਮਿੱਕੀ ਇਜਾਜ਼ਤ ਦੇਈ ਛੜੀ ਹੈ, ਹੁਣ ਇਸ ਜੱਗੇ ਨਾਲ ਮੈਂ ਆਪੂੰ ਗੱਲ ਕਰਸਾਂ। ਓਏ ਉਠਾ, ਗੱਲ ਕਰ ਉਸ ਨਾਲ। ਮੈਂ ਗੱਲ ਕਰਨੀ ਹੈ। ਇਹ ਗਲੀ ਬੈਠਾ ਤੂੰ ਨਾ ਗੱਲ ਕਰਿਆ, ਤੂੰ ਮੂੰਹ ਇੰਨਾ ਸਵਾਰ ਰੱਖੀ ਯਾਰਾ। ਤੁਸਾਂ ਫਿਰ ਗੱਲ ਕਰੋ। ਹਾਂ ਪਿੱਛਾ ਪਿੱਛਾ, ਇਹ ਗੱਲ ਕੀਤੀ ਆ, ਗੱਲ ਨਾ ਕਰੋ, ਗੱਲਾਂ ਗੱਲਾਂ ਗੱਲ ਵਧੀ ਗਿਆ ਸੀ ਤਾਂ ਕੁਝ ਢੋਲਾਂ ਦੀਆਂ ਤਣੀਆਂ ਵਧੀਆਂ ਹੋਣ ਤਾਂ ਫਿਰ ਛਿੱਕਣੀਆਂ ਪੈਣੀਆਂ ਨਾ। ਕਹਿ ਪਿਆ ਕਰਨੇ ਬਿਟਰੀ ਕੇ ਨਹੀਂ ਤੇ ਮਰਾਸੀ ਬਿਟਰਿਆ ਬਹੁਤ ਭੈੜਾ ਹੋਣੀ। ਕਿਆ ਕਰੀਏ, ਮੈਂ ਤਾਂ ਹੁਣ ਇੱਥੋਂ ਇੱਜ਼ਤ ਨਾਲ ਨਿਕਲੀ ਜੁਲੀ ਹੈ। ਨਾ 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 ਖੱਲੋ ਨਾ, ਤੁਸੀਂ ਅਸਾਂ ਰੋਟੀ ਚਾਹ ਪਾਣੀ ਨਾ ਬੰਦੋਬਸਤ ਕਰਨੇ। ਨਾ ਨਾ, ਅੱਜ ਸਾਡਾ ਰੋਜ਼ ਆਇਆ। ਜੱਗਿਆ ਵਾਹ ਕਰਮੂ ਵਾਹ, ਅੱਜ ਖਾਦਾ ਪੀਤਾ ਲਾਲ ਕਰੀ ਛੋੜਿਆ, ਵਾਹ ਇੰਨਾ ਬਾਦ ਨਹੀਂ ਆ, ਇੰਨਾ ਤਾਂ ਜੰਮਿਆ ਹੀ ਕੋਈ ਨਹੀਂ। ਓ ਪਾਪਾ, ਤੱਕ ਕਸਾ ਰੋਟੀ ਨਾ ਬੰਦੋਬਸਤ ਕੀਤਾ ਮੈਂ। ਵਾਹ ਹੈਂ, ਉੱਠੋ ਬਾਜੀ ਉੱਪਾ, ਤੁਹਾਡੇ ਪਰ ਆਪੂ ਕੁਝ ਨਾ ਕਰਿਆ ਤਾਂ ਕਹੀ, ਅੱਜ ਚਮੋਟੀ ਨੀ ਜਗ੍ਹਾ ਮਾੜਾ ਬੂਟ ਕੰਮ ਆਇਆ। ਕਿਆ ਬਾਤ ਆਈ, ਤੂੰ ਉਸ ਕੀ ਕਾਬੂ ਕਰੀ ਕੇ ਰੱਖ ਬਸ। ਵਾਹ ਚ ਮੈਨੂੰ ਸਹੀ ਲੱਗਾ ਬਾਜੀ ਗਿਰ, ਧਿੰਦੜਾ ਦਰ ਧਿੰਦੜਾ ਦਰ 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 ਦਰ, ਐ ਤੱਕ ਮੈਂ ਵੀ ਇਸ ਕੈਸਾ ਪੜੂ ਚਿੰਦਾ, ਇਸ ਲਈ ਮਾੜੀ ਵੀ ਦਵਾਈ ਕੋਸ਼ਿਸ਼ ਕੀਤੀ ਨਸਣੀ, ਪਰ ਮੈਂ ਨਹੀਂ ਨਸਣ ਦਿੱਤਾ, ਆਖਰ ਨਸੀ ਗਈ। ਆਹੂ ਜੁੜਨ ਅੰਦਰ ਤੁਸੀਂ ਤਾਂ ਮੈਂ ਨੇ ਪਠਾਣਾ ਅੰਦਰ ਜੁੜੀ ਜੁੜਾ ਜੁੜਾ ਅੰਦਰ ਕਾਬੂ ਕਰੀ ਕੇ ਰੱਖ ਸਕੀ, ਕਸਾ ਮਾਰਿਆ ਫਿਰ ਮੈਂ ਕੀ ਇਸ ਵਿੱਚ। ਗੱਲ ਬੁੱਧ ਮਾੜੀ, ਤੂੰ ਬੰਦਿਆਂ ਵਾਲਾ ਕੰਮ ਕਰਿਆ ਕਰ, ਆਪਣੇ ਅੰਦਰ ਹਿੰਮਤ ਪੈਦਾ ਕਰ, ਅਲਾ ਮਰਾਸੀਆਂ ਚ ਕੋਈ ਦਲੇਰ ਨਹੀਂ ਹੋਇਆ ਅੱਜ ਤੁਹਾਡੇ। ਹਸਨ ਪੁੱਤਰ, ਇਹ ਸਾਰੀ ਜ਼ਿੰਦਗੀ ਇੰਗਲੈਂਡ ਗੁਜ਼ਾਰੀ, ਤੁਸੀਂ ਦੋਏ ਕਿਉਂ ਰੋ ਜਾਣੇ? ਅੱਬਾ ਜੀ, ਤੁਸੀਂ ਸਾਰੀ ਜ਼ਿੰਦਗੀ ਪ੍ਰਦੇਸ਼ ਕੱਟੀ ਕੇ ਇਹ ਸਾਰੀ ਜਾਇਦਾਦ ਅਸਾਂ ਵਾਸਤੇ ਬਣਾਈ ਹੈ ਨਾ। ਫੈਸਲ ਠੀਕ ਆਖਣਾ ਅੱਬਾ ਜੀ, ਇਹ ਸਾਰਾ ਕੁਝ ਅਸਾਂ ਨਹੀਂ ਹੈ ਨਾ। ਬਿਲਕੁਲ ਕਬਰ ਪੁੱਤਰ, ਇਹ ਸਭ ਕੁਝ ਤੁਸਾਂ ਨਹੀਂ ਹੈ, ਪਰ ਮੈਂ ਚਾਹੁੰਦਾ ਸਾਂ ਕਿ ਇੱਕ ਵਾਰੀ ਤੁਸੀਂ ਦੋਏ ਭਰਾ ਇੰਗਲੈਂਡ ਨੂੰ ਚੱਕਰ ਲਾਓ। ਨਹੀਂ ਅੱਬਾ ਜੀ, ਅਸੀਂ ਦੋਏ ਭਰਾ ਆਪਣੇ ਮੁਲਕ ਵਿੱਚ ਬਹੁਤ ਖੁਸ਼ ਹਾਂ। ਠੀਕ ਹੈ ਪੁੱਤਰ, ਜਿਸ ਤਰ੍ਹਾਂ ਤੁਸਾਂ ਦੋਵਾਂ ਦੀ ਮਰਜ਼ੀ, ਪਰ ਇੱਕ ਗੱਲ ਬੜੀ ਯਾਦ ਰੱਖਿਓ ਕਿ ਕੱਲ੍ਹ ਤੁਸਾਂ ਅਸਾਂ ਜਗ੍ਹਾ 'ਤੇ ਬਹਿਣਾ ਅਤੇ ਗਰਾਂਡ ਹਰ ਮਸਲੇ ਦਾ ਹੱਲ ਤੁਸੀਂ ਹੀ ਕੱਢਸੋ। ਬਿਲਕੁਲ ਅੱਬਾ ਜੀ, ਅਸੀਂ ਆਪਣੇ ਬੜਿਆਂ ਦੀ ਰਵਾਇਤ ਨੂੰ ਕਾਇਮ ਰੱਖਸਾਂ। ਸ਼ਾਬਾਸ਼ ਪੁੱਤਰੋ, ਮੈਂ ਤੁਸਾਂ ਦੋਵਾਂ ਤੋਂ ਇਹੀ ਉਮੀਦ ਸੀ। ਠੀਕ ਹੈ ਪੁੱਤਰੋ, ਤੁਸੀਂ ਦੋਏ ਭਰਾ ਪੈ ਚ ਗੱਪ ਸ਼ੱਪ ਲਾਓ ਅਤੇ ਮੈਂ ਜ਼ਰਾ ਘਰ ਵੱਲ ਚੱਲਣਾ। ਠੀਕ ਹੈ ਭਾਜੀ। ਤਰੇਲੀ ਕਾਈ ਮਿੱਕੀ ਭਰਨ, ਫਿਰ ਵੀ ਮੈਂ ਜਰਾ ਦਲੇਰੀ ਪਗੜੀ, ਪਰ ਕੁਝ ਸੋਚਣਾ ਤਾਂ ਪੈਸੀ ਨਾ ਸੰਗੀਆ, ਪਰ ਸੋਚਣੇ ਵਾਸਤੇ ਅਕਲ ਚਾਹੀਦੀ, ਉਹ ਸਾਡੇ ਦੋਵਾਂ ਚ ਕੋਈ ਨੀ। ਮਾੜੇ ਚ ਨਹੀਂ, ਤੂੰ ਤਾਂ ਫਿਰ ਚਾਰ ਜਮਾਤਾਂ ਪੜ੍ਹੇ। ਸ਼ੁਰ ਸ਼ੁਰ ਯਾਰਾ, ਕਿਆ ਸ਼ੋਰ ਸ਼ੋਰ ਲਾਈ ਆ। ਯਾਰ ਮੈਂ ਸੋਚਣਾ ਪਿਆ, ਜੇ ਉਸ ਦਾਂਦ ਨਾਲ ਉਸ ਬਿੱਲੋ ਨਾਲ ਵਿਆਹ ਹੋ ਗਿਆ, ਮਾੜਾ ਕਿਆ ਬਣ ਸੀ। ਯਾਰਾ ਹੋਸ਼ ਕਰ, ਯਾਰਾ ਹੋਸ਼ ਕਰ, ਕੀ ਅਜਿਹੀਆਂ ਗੱਲਾਂ ਨਾ ਕਰ, ਮੈਂ ਕੁਝ ਸੋਚਣਾ ਪਿਆ ਆ। ਕਿਆ ਸੋਚੀ? ਮੈਂ ਸੋਚਣਾ ਪਿਆ ਆ ਕਿ ਕਿਆ ਸੋਚਾਂ। ਯਾਰਾ ਕੁਝ ਸੋਚ,
इस तो पहले उन दोनों का ब्याह हो जुले ओए ठहर ए मैं सोची की दा क्या तो, क्या सोची की दा आज जी बिल्लो ने कार जा तो उसकी कड़ी खड़ इसरा खड़ के खड़ खुल ना हो बहु शाबाश भाई शाबाश बहु चंगा मशवरा दिता ही मैं उन्होंने कार जुला वो जड़े अगे सड्डे बैठे ना वो माड़ा सुरमा बनाई छोड़ सन राती गछिया ना राती जिसले बंदे सुते होने कुत्ते जागने होने कुत्तिया नाल ते ताड़ी सुर सारी ना हां तुम्हारी भी बहू है आहो मतलब जरा एक शर्त पर जुल सही ओ केड़ी तू माड़े नाल जुल सही ओ मैं तुम्हारे नाल कब्रे तक जासा दफनाई तैसा उठ चल चल फिर क्या करनी है पापा सारी दाल गंदी कर छड़ी ने तो कहां से ठीक है बिल्लू जी ये धोखा नहीं है ये शबनम ने कतरे में हाय सदके जिले शबनम ने कतरे है शबनम ने आन या नदीम ने दाल तो गंदी होएगी ना उन मैं अब भाई क्या पकाई के खिलासा तू आखो ते मैं थे बेगी नवा तू सा बेही रहे हो अंदर चंगे पले बैठे सी हो इथा की आ छिरी पापा मनीर हुसैन पापा ने मैं की आखनी किया तू सा तो मारे आने वाले मगी तो ਤੁਸਾਂ ਨਾਲ ਤੇ ਮਾੜਾ ਕਦੇ ਵੀ ਵਿਆਹ ਨਹੀਂ ਹੋ ਸਕਣਾ ਪਾਪਾ ਮਨੀਰ ਹੁਸੈਨ ਤੇ ਇਦਾਂ ਗੁੱਸਾ ਕਿਉਂ ਕਰਨੇ ਹੋ ਮਾੜੀ ਸ਼ਕਲ ਹੀ ਆ ਜੀ ਹੈ ਜੁਲੋ ਅੰਦਰ ਨਾ ਨਾ ਮੈਂ ਇੱਥੇ ਬੈਠਾਂ ਪਲੇਟ ਮਾਰੀ ਸਿਰ ਪਾਣੀ ਛੜਸਾ ਨੇ ਜੁਲੋ ਅੰਦਰ ਨਾ ਮੈਂ ਇੱਥੇ ਬੈਠਾਂ ਨਾ ਮੈਂ ਨਾ ਅੰਦਰ ਜਾਣਾ ਕਰਨਾ ਕਿ ਦਾਨ ਜਿਆ ਨਾ ਹੋਏ ਤੇ ਜਿਸ ਤਰ੍ਹਾਂ ਹੀ ਜੁਲਨੇ ਵਾਲਾ ਹੈ ਜੁਲ ਉਧਰ ਬੋਰੀ ਜੁੱਤੀਆਂ ਮਾਰਨੇ ਜੀ ਤੁਸਾਂ ਜੁੱਤੀਆਂ ਮਾਰਨੇ ਹੋ ਹੈ ਜੁੱਤੀਆਂ ਖਾਣੇ ਨੇ ਲਾਇਆ ਕੇ ਜੁਲ ਨਾ ਸੀ ਤੋ ਮੈਂ ਜੁਲ ਕੇ ਤਾਇਓ ਨਹੀਂ ਦੱਸਣਾ ਕਿ ਤੁਮ ਕਿ ਜੁੱਤੀਆਂ ਮਾਰਨੇ ਹੋ ਤਾਇਆ ਤਾਣਾ ਮਾੜਾ ਪਿਓ ਆ यार फैसल तुसा ना ग्रां ते यारा बहुत खूबसूरत है नसीर ग्रां ने माहौल ना अपना ही मजा है धक्के ना हर पासे किन्नी हरियाली हरियाली शहरी च असं घबराई जाने हैं पर क्या करिए मजबूरी है पढ़ाई भी तो करनी है वाकई यार असा ने भी मजबूरी है शहर में जमी पले हैं नहीं तो असा भी ग्रां रही जुली है यार नसीर एक ग्रां ही तुहाड़ा है जदों मर्जी अच्छो ना यारा माड़ा ख्याल है कोई लस्सी शस्सी मंगाइए बिल्कुल यारा चाटी नहीं लस्सी ना तो अपना ही मजा है लस्सी भी प्यासा ते मक्खन भी खवासा ओ सफदर जी चाय साहब ओ यार कुल लस्सी ना बंदोबस्त कर अच्छा चाय Who's the guy to tell me now? Drop, drop, drop.
ਵਾਲੇ ਆ ਬੱਚਿਆਂ ਐਵੇਂ ਕੋਈ ਖਾਬ ਤੱਕਿਆ ਸੀ ਕਿ ਕੁਛ ਮਾਰਨਾ ਹੈ ਨਾ ਹੋਰ ਸੁਣਾਵਾ ਕੁਛ ਸੁਣਾਵਾ ਕਾਈ ਉਹ ਮੈਂ ਸੁਤਿਆ ਸੀ ਕੁਛ ਦਿਨ ਪੜ ਗਈ ਮੇਰਾ ਓਹ ਮੈਂ ਮਰੀ ਗਿਆ ਉਹ ਤੁਹਾਡੇ ਸਿਰਾਂ ਪਰ ਤਾਂ ਕੋਈ ਗਰੋੜਾ ਪਈ ਗਿਆ ਓਏ ਮਾੜੇ ਬੱਚੇ ਕੀ ਕੌਣ ਵੱਟੇ ਮਾਰਨਾ ਉਹ ਸੁੱਤੇ ਆ ਪਤਾ ਨਹੀਂ ਕਾ ਬਹੁਤ ਕੁਛ ਵੱਟਾ ਮਾਰੀ ਮੈਂ ਪੁੱਛਣਾ ਤੂੰ ਬਾਦ ਵੀ ਕੀ ਹੋਸ਼ੀ ਕੋ ਨਹੀਂ ਓ ਪਾਪਾ ਪਾਪਾ ਓ ਤਾਇਆ ਮੁੰਡਾ ਓ ਇੱਧਰ ਕਾ ਛੁੜਨਾ ਜੋ ਛੁੜਨਾ ਓ ਇੱਧਰ ਕਾ ਇਹ ਮਾੜੇ ਪੁੱਤਰੇ ਕੀ ਗਰੋੜਾ ਮਾਰੀ ਕਾ ਗਰੋੜਾ ਪਾਈ ਗਿਆ ਓ ਯਾਰਾ ਉਹ ਤੇ ਪਾਗਲ ਆ ਓਏ ਤੂੰ ਹੀ ਪਾਗਲ ਹੈ ਨਾ ਸੁੱਤੇ ਹੀ ਗਰੋੜਾ ਪਈ ਗਿਆ ਓ ਯਾਰਾ ਕਰਮੂ ਓ ਤੁਹਾਡਾ ਤੇ ਦਿਮਾਗ ਖਰਾਬ ਹੋਈ ਗਿਆ ਲੋਕ ਕੁੜੀਆਂ ਦੀ ਬੱਟੇ ਮਾਰਨੇ ਇਸ ਯਮਲੇ ਕੀ ਬੱਟੇ ਮਾਰਨੇ ਲੋਕ ਓ ਪਾਪਾ ਤੱਕ ਤਾਂ ਸਹੀ ਨਾ ਗਰੋੜਾ ਚੜਿਆ ਗਰੋੜਾ ਚੜਿਆ ਓਏ ਯਾਰ ਖਾਬੇ ਜੀ ਕੁਦੇ ਨੌ ਵਜੀ ਗਿਆ ਉਸਨੇ ਆਪਣਾ ਗਰੋੜਾ ਚੜਿਆ ਓ ਤਾਇਆ ਤੱਕ ਨਾ ਮੱਤਾ ਪੱਟੀ ਗਿਆ ਮਾਣਾ ਹਾਂ ਮੱਥਾ ਪੱਟੀ ਗਿਆ ਪਾਪਾ ਅੱਖ ਤਾਂ ਵੀ ਖੁੱਲੀ ਗਈ ਹੈ ਹਾਂ ਚਾਹ ਨਾ ਕੱਪ ਉਸ ਕੀ ਆਗ ਬਿੱਲੂ ਕੀ ਬਣਾਈ ਲਿਆ ਆਏ ਓ ਤੁਹਾਡੇ ਨਸ਼ੇ ਨੀਂਦ ਰਾਮ ਕਰੀ ਖੁੱਲੀ ਐ ਬਿੱਲੂ ਉੱਠ ਉੱਠ ਘਰ ਜਾ ਕੇ ਚਾਹ ਬਣਾਈ ਦੇ ਲੋ ਹਾਂ ਲਾਸ਼ ਮੰਡੀ ਦੇ ਨਜ਼ਰ ਨਾਚਣੀ ਉਹ ਮਾਰੀ ਮਿੰਨੋ ਲੁੱਟੀ ਗਿਆ ਲੋਕ ਤੇਰੇ ਲੁੱਟ ਰਹੇ ਮੈਂ ਨਾਚੀ ਲੁੱਟੀ ਗਿਆ ਜੱਗਾ ਮਾੜੀ ਬਿੰਦੂ ਕੀ ਨਸਾਈ ਕਿ ਨਹੀਂ ਗਿਆ ਗੱਲ ਹੋਈ ਆ ਪਾਪਾ ਉਸ ਸੰਗੀਤ ਤੜੀ ਲਾਈ ਸੀ ਬਿੰਦੂ ਵੀ ਕਿ ਨਹੀਂ ਗਿਆ ਸਾ ਉਹ ਤੁਹਾਡਾ ਕੱਖ ਨਾ ਰਵੇ ਉਹ ਜੱਗਿਆ ਤੁਹਾਡੇ ਰੇੜੇ ਨਾਲ ਟਾਇਰ ਪੈਂਚ ਰਵੇ ਉਹ ਜੱਗਿਆ ਉਹ ਤੁਹਾਡੇ ਖੋਤੇ ਹੀ ਸਾਰੀ ਉਮਰ ਖੋਤੀ ਦਾ ਰਿਸ਼ਤਾ ਨਾ ਮਿਲਿਆ ਬਿੰਦੂ ਜਗਿਆ ਓਏ ਤੂੰ ਅਸਾਂ ਕੀ ਕਿਹੜੇ ਜੰਗਲ ਵਿੱਚ ਕੀ ਨਹੀਂ ਹੋਏ ਓਏ ਓਏ ਅਸਾਂ ਨੇ ਗਿਰਾਹ ਨੇ ਆਲੇ ਦੁਆਲੇ ਜੰਗਲ ਹੀ ਹੈ ਹੋਰ ਕਿਹੜਾ ਇੱਥੇ 5-star ਹੋਟਲ ਨੇ ਜਗਿਆ ਮੈਂ ਕੀ ਬਹੁਤ ਡਰ ਪਿਆ ਰੱਖਣਾ ਇਹਨਾਂ ਵੇ ਕੋਈ ਜੰਗਲੀ ਜਾਨਵਰ ਇੱਥੇ ਅੱਛੀ ਰਿਹਾ ਵੇ ਲੈ ਦੋ ਪਗਿਆੜੀ ਤੁਹਾਡੇ ਨਾਲ ਹੈ ਤੂੰ ਕੀ ਡਰਨੇ ਨਹੀਂ ਕਿਆ ਲੋੜ ਹੀ ਕੀ ਕਰਨਾ ਵਾ ਤੂੰ ਫਿਕਰ ਨਾ ਕਰ ਬਿਲੋ ਮੈਂ ਤੁਹਾਡੇ ਨਾਲ ਥਿਆ ਨਾ ਆਏ ਓਏ ਓਏ ਤੰਬੀ ਚ ਕੁਝ ਬੜੀ ਗਿਆ ਵੇ ਓਏ ਓਏ ਤੰਬੀ ਚ ਓਏ ਤੱਕ ਇੱਕ ਤੇ ਸਮਝ ਨਹੀਂ ਅਸ਼ਨੀ ਬਿੱਲੋ ਇਹ ਹਰ ਵੇਲੇ ਸ਼ੁਰ ਸ਼ੁਰੀ ਕਰਨਾ ਰਹਿਣਾ ਉਸਕੀ ਛੋੜ ਜੱਗਿਆ ਹੁਣ ਕੀ ਬਣ ਸੀ ਮੈਂ ਕਿ ਬਹੁਤ ਡਰ ਪਿਆ ਲੱਗਣਾ ਤੂੰ ਤੇ ਖਾਮ ਖਾ ਵੀ ਡਰਨੀ ਹੈ ਅਸਾਂ ਵੀ ਤੇ ਤੁਹਾਡੇ ਨਾਲ ਹੀ ਆ ਨਾ ਫਿਕਰ ਵਾਲੀ ਕੋਈ ਗੱਲ ਨਹੀਂ ਉਫ ਓਏ ਕੀੜਾ ਥਾ ਅਲਾ 5 ਜੂ ਨਿਕਲੀ ਗਿਆ ਜੇ ਨਾ ਪਗੜਨੋ ਨੋ ਬੜਾ ਨੁਕਸਾਨ ਹੋਵੇ ਯਾਰ ਆਏ ਸ਼ਾ ਸ਼ੁਕਰ ਹੈ ਨਿਕਲੀ ਗਿਆ ਯਾਰਾ ਹਾਂ ਉਹ ਦੱਸ ਅੱਗੇ ਕੀ ਕਰੀਏ ਅੱਗੇ ਇਸ ਤਰ੍ਹਾਂ ਕਰਨੇ ਆ ਇਸ ਤਰ੍ਹਾਂ ਕਰਨੇ ਆ ਹਾਂ ਤੂੰ ਦੱਸ ਤੂੰ ਤੇ ਬੜਾ ਸਿਆਣਾ ਆਦਮੀ ਹੈ ਨਾ ਹਾਂ ਪਹਿਲਾ ਸਾਹ ਚਾਹੀ ਕਿੰਨੇ ਆ ਮੈਂ ਸਿਰਫ ਸਾਹ ਕਿੰਨਾ ਆ ਤੂੰ ਸੁਖ ਨਾ ਸਾਹ ਲੈ ਮੈਂ ਸੁਖ ਆਖਣਾ ਤਾਂ ਠੀਕ ਹੈ ਚਲ ਯਾਰਾ ਕੁਝ ਸੋਚਣੇ ਆ ਓ ਮਨੀਰ ਸਰ ਮਿਕੀ ਤਾਂ ਇਹ ਅਫਸੋਸ ਹੈ ਕਿ ਇਸਨੇ ਇੱਕ ਆਦਤ ਮਾੜੇ ਪਰ ਨਹੀਂ ਗਈ ਖੋਤੇ ਨਾਲ ਖੋਤਾ ਹੀ ਰਿਹਾ ਉਹ ਪਾਪਾ ਤੁਹਾਡੇ ਸਿਰਾਂ ਪਰ ਆ ਸੱਤ ਕਰਾਨ ਅਸਾਂ ਕੀ ਇਹ ਦੱਸ ਕਦਾੜ ਜਮਾਤਾਂ ਸਾਡੇ ਖਾਨਦਾਨ ਚ ਕੋਈ ਪੜਿਆ
इस खोते की मैं अठ जमातां पढ़ाईयां खूह खाते गईयां सारियां मूह उसने तक दियां बड़ा पीड़ा नहीं होना हमारा पीड़ा कुत्थे गया ओ पापा तुहाड़ा पीड़ा इत्थे ही है माड़ी गल बुझ गौर नाल बा असां की चाहिना कि असां पुलिस की इतला करा ना येरा पहले असां की चोरली अदालत से काट जाना चाहिना वो थानेदार की फोन कर सी प्रोफेसर भी ठीक आ रहे हाँ ठीक है जुड़ा फिर उठो जी सर्जिकल इंटरप्राइजेस मीरपुर में सर्जिकल की मुकम्मल सामान की वाहिद दुकान हर किस्म की टूटी हुई हड्डियों और जोड़ों का सामान दस्तियाब है सर्जिकल इंस्ट्रूमेंट्स और डिस्पोजेबल सामान मस्तन ड्रेप सिरिंजेस कैथेटर कैनोला कॉटन रोल कॉटन बैंडेज रिबन गॉज कॉलर शुगर चेक करने वाली मशीन ऊंचा सुनने के लिए आला समान पेट कम करने के लिए बेल्ट हर्निया बेल्ट मौजूद अफराद के लिए व्हीलचेयर कमोडचेयर बैसाखी वॉकर वगैरह इसके अलावा हॉस्पिटल्स के लिए फर्नीचर दस्तियाब है रॉयल सर्जिकल इंटरप्राइजेस हैदरीयम कलंदरम मस्तम बंदाए मुर्तजा अली हस्तम पेशवाए तमाम रिंदानम के सगे कुवे शेर जस्दानम गुजर खान के रूहानी आमिल मुआलिज प्रोफेसर आजम जोहरी कहते हैं तकदीर को बदल देती है दुआ आपके हर रूहानी मसले का हल सिर्फ और सिर्फ इसमें आजम कलाम इलाही और इस्तखारे के जरिए ही मुमकिन है रिश्तों में रुकावट खानदानी झगड़ों से निजात नाफरमान औलाद सफर में रुकावट बे औलादी मुकदमा बद तावीजात के असरात और काले इल्म का तोड़ इन सब का हल बजरिया तावीजात और अमलियात राजदारी और गारंटी से इंशाअल्लाह राब्ते के लिए आमिल प्रोफेसर आजम जोहरी लंदन प्लाजा रेलवे रोड गुजर खान फोन 0321-545-8849 0345-593-6849 हाँ बनारस सब है हरियत ओ जी मैं ठीक हां चोई साहब तुसा सुनाओ यार तू बार बार असन की चौधरी की आहन तू असन ना यार है असन ना नाम बुलाया कर ओ यार ता थे हां पर मैं कुथा तुसा कुथा है छोड़ यार इन गल्ला की तुम्हारी नौकरी ठीक जानी पई है ना हां जी जबरदस्त ए भी तुसा ने अबेरा ने मेहरबानी में भर्ती कराया
ਅੱਜ ਪਿਆ ਮੈਂ ਮੋਜਾਂ ਕਰਨਾ। ਇਹ ਤਾਂ ਬਹੁਤ ਚੰਗੀ ਗੱਲ ਹੈ ਯਾਰ, ਉੱਠੋ ਬਾਗੇ ਨੂੰ ਸੈਰ ਕਰਦੇ। ਸ਼ਰੀਫ ਹੈ ਉਸ ਤਾਂ ਅਸੀਂ ਘਰਾਂ ਚ ਆ ਕੇ ਤੜੀਆਂ ਲਾਈਆਂ ਜੀ, ਅਸਾਂ ਦੀ ਗੱਲਾਂ ਨਾਲ ਯਕੀਨ ਕਰੋ ਜੀ, ਮੈਂ ਤਾਂ ਮਾੜਾ ਭਰਾ ਠੀਕ ਆਖਣੇ ਆ। ਚੌਧਰੀ ਜੀ ਉਹ ਖੁਦਾ ਦਾ ਵਾਸਤਾ ਨੇ, ਉਹ ਤੁਸੀਂ ਥਾਣੇ ਦਾਰ ਕੀ ਫੋਨ ਕਰੋ, ਉਹ ਕੁਦੇ ਜੱਗਾ ਮਾੜੀ ਤੀ ਉਹਗੀ ਕਿੰਨੀ ਕੇ ਦੂਰ ਨਾ ਲੱਗ ਜਾਏ। ਪਾਪਾ ਜ਼ਰਾ ਫੋਨ ਕਰੋ ਦੰਦਾਰਿਆ ਕੀ। ਉਹ ਤੁਸੀਂ ਪਰੇਸ਼ਾਨ ਨਾ ਹੋ, ਸਭ ਠੀਕ ਹੋਈ ਸੀ, ਮੈਂ ਦੰਦਾਰਿਆ ਕੀ ਜ਼ਰਾ ਫੋਨ ਕਰਨਾ। ਅਸਾਂ ਇੱਕ ਦੂਜੇ ਨੇ ਪਿਆਰ ਵਿੱਚ ਇੱਕ ਕਦਮ ਤੇ ਚਾਈ ਕੀਦਾ, ਪਰ ਕਹਿ ਬਿਲੋ ਕੁਦਰੇ ਤੂੰ ਮਾੜੇ ਨਾਲ ਆਈ ਕੇ ਪਛਤਾਣੀ ਤੇ ਨਹੀਂ ਪਈ? ਨਹੀਂ ਜੱਗਿਆ, ਤੂੰ ਤੇ ਮਾੜੀ ਜ਼ਿੰਦਗੀ ਹੈ, ਤੂੰ ਹੀ ਮਾੜੀ ਮੰਜ਼ਿਲ ਹੈ। ਮੈਂ ਤਾਂ ਇਹ ਵੀ ਸੋਚਦੀ ਹਾਂ ਕਿ ਇਸ ਤਰ੍ਹਾਂ ਮਾੜਾ ਘਰੋਂ ਨਿਕਲਣਾ ਮਾੜੇ ਅੱਬੇ ਉੱਪਰ ਕਹਿ ਬੀਤਣੀ ਹੋ ਸੀ। ਤੂੰ ਵੀ ਠੀਕ ਆਖਦੀ ਹੈ, ਪਰ ਇਸ ਤੋਂ ਇਲਾਵਾ ਅਸਾਂ ਕੋਲ ਹੋਰ ਕੋਈ ਚਾਰਾ ਵੀ ਨਹੀਂ ਸੀ। ਜੇ ਮਨੀਰ ਸੈਨ ਨਾਲ ਤੁਹਾਡਾ ਜ਼ਬਰਦਸਤੀ ਵਿਆਹ ਕਰੀ ਛੋੜਨਾ ਤਾਂ ਫਿਰ ਇਸੇ ਗੱਲਾਂ ਨਾਲ ਤਾਂ ਦੁੱਖ ਆ। ਅਬੇਰਾ ਮਾੜੀ ਗੱਲ ਹੀ ਮਨੀ ਮਨੀਰ ਹੁਸੈਨ ਕਿਤੇ ਮੈਂ ਪਾਪਾ ਆਖਨੀ ਆ, ਮੈਂ ਉਸ ਨਾਲ ਵਿਆਹ ਕਿਸ ਤਰ੍ਹਾਂ ਕਰੀ ਸਕਦੀ ਹਾਂ? ਅਤੇ ਨਾਲੇ ਡਰ ਲੱਗਣਾ ਹੈ, ਵਿਆਹ ਕੋਲ ਤਾਂ ਨਹੀਂ ਡਰ ਲੱਗਣਾ, ਖਰਚੇ ਕੋਲ ਡਰ ਲੱਗਣਾ। ਵਿਆਹ ਕਰੀਏ ਤਾਂ ਖਰਚੇ ਤੇ ਕਰਨੇ ਹੀ ਪੈਣੇ। ਅਸਾਂ ਚਾਹ ਨਾ ਕੱਪ ਕੁਸਾ ਕੋਲ ਪੀਣੀ, ਇਤਨਾ ਖਰਚਾ ਕਿਥੋਂ ਕਰਸਾਂ? ਹੁਣ ਤਾਂ ਤੁਸਾਂ ਦੀ ਤਨਖਾਹ ਵੀ ਵਧੀ ਗਈ, ਫਿਰ ਕਿਸ ਗੱਲ ਨਾਲ ਡਰੇ? ਜਿਤਨੀ ਮਾੜੀ ਤਨਖਾਹ ਹੈ ਇਸ ਵਿੱਚ ਤਾਂ ਤੁਹਾਡਾ ਮੇਕਅਪ ਨਾ ਸਮਾਨ ਆਪਸੀ। ਮੈਂ ਤੁਸਾਂ ਦੀ ਹੱਥ ਮੇਕਅਪ ਕਰਨਾ ਹੀ ਛੋੜ ਦਿਆ। ਇਹ ਜ਼ੁਲਮ ਨਾ ਕਰੀ, ਮੇਕਅਪ ਤੋਂ ਬਗੈਰ ਮੈਂ ਤੁਸੀਂ ਕਿਸ ਤਰ੍ਹਾਂ ਤੱਕਸਾਂ? ਉਹ ਮੈਂ ਮੇਕਅਪ ਨਾਲ ਸਮਾਨ ਵੀ ਤੁਹਾਡਾ ਪੂਰਾ ਕਰਸਾਂ, ਭਾਵੇਂ ਥਣਦਾਰਾਂ ਨੇ ਬੋਝੇ 'ਚ ਵੀ ਪੈਸੇ ਕੀਆਂ ਨਾ ਕੱਢਣੇ ਪਾਉ। ਉਹ ਮਿੱਕੀ ਯਾਦ ਆਇਆ ਥਣਦਾਰ ਮੀ ਢੂੰਡਣਾ ਹੋ ਸੀ। ਛੋੜੋ ਥਾਣੇਦਾਰ ਕੀ, ਥੋੜ੍ਹੀ ਦੇਰ ਮੜੇ ਕੋਲ ਵਿਆਹਣਾ। ਉਹ ਜੇ ਤੂੰ ਆਉਣੀ ਹੈ ਤਾਂ ਮੈਂ ਤੁਹਾਡੇ ਕੋਲ ਥੋੜ੍ਹੀ ਦੇਰ ਹੋਰ ਭੇਜਾਂ, ਮੈਂ ਤਾਂ ਮੌਕਾ ਹੀ ਲੋੜਨਾ ਸੀ। ਜੰਗਲ ਦਾ ਚੱਪਾ ਚੱਪਾ ਛਾਨ ਮਾਰੋ, ਆ ਜੱਗੇ ਦੇ ਬਿੱਲੋ ਕੀ
बच के नहीं जाना चाहिए ना इन्हें की हर हालत आई लव के छना है ओके सर चलो पेट्रोल खत्म हो गया ਤੂੰ ਪਿਆ ਕਿ ਮੋਟਰਸਾਈਕਲ ਪਿਆ ਓਏ ਨਹੀਂ ਸਟਾਰਟ ਹੋਣਾ ਨਾ ਪੈਟਰੋਲ ਖਤਮ ਹੋ ਗਿਆ ਆ ਆ ਤੂੰ ਤਾਂ ਪਛਾੜਨਾ ਆ ਆ ਆ ਨਾ ਬੱਚਾ ਹਲਾ ਤੇ ਫਿਰ ਬਸ ਉਹ ਉਸੇ ਅਸਣਾ ਖਾਨਦਾਨੀ ਕੰਮ ਛੋੜੀ ਦੇ ਹੀ ਕੁਝ ਹੋਣਾ ਲਿਆ ਟੋਰ ਤੇ ਕਰ ਧੰਦੜ ਦਰ ਧੰਦੜ ਦਰ 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 ਦਾ ਹਾਂ ਦਰ 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 ਨਾਲ ਲੈ ਨਹੀਂ ਚੱਲਣਾ ਹਲਾ ਪੈਟਰੋਲ ਨਾਲ ਚੱਲਣਾ ਹੈ ਸੋਚਣਾ ਪੈਸੀ ਕੁਝ ਰਹਾ ਮੈਂ ਆਖਣਾ ਹਾਂ ਮੈਂ ਬਹਿਣਾ ਤੂੰ ਤੁਸਾਂ ਤੇ ਕਰ ਲਾਓ ਕੀ ਖਿਆਲ ਹੈ ਮਲਕੇ ਅਸੀਂ ਦੋਏ ਬਹਿਣੇ ਆ ਚਲੋ ਠੀਕ ਲਾਓ ਚੱਕਾ ਵਿਆਹ ਤੇ ਤੂੰ ਕਰਾ ਸਿਰ ਤਖਮੇ ਲਾਵਾ ਲਾ ਅੱਲਾ ਫਿਰ ਐਸੇ ਥੋੜੀ ਜਾਨ ਚੜ ਜਾ ਤਖਾ ਜਾ ਫਿਰ ਲਾ ਚੱਕਾ ਮਾਹੌਲ ਓਏ ਆ ਆ ਆ ਫਸਲ ਪੁੱਤਰ ਹਾਲੀ ਮਾੜਾ ਭਾਰ ਨਹੀਂ ਵਡਾਣਾ ਮਾੜੇ ਭਰਾਓ ਦਾਲਤ ਦੀ ਕੋਈ ਔਲਾਦ ਨਹੀਂ ਉਸਨਾ ਭਾਰ ਵੀ ਤੁਸੀਂ ਵਡਾਣਾ ਫੈਸਲ ਪੁੱਤਰ ਤੂੰ ਬਣੇ ਤਾਂ ਤੁਹਾਡੇ ਪਰ ਬਹੁਤ ਜ਼ਿੰਮੇਵਾਰੀ ਹੈ ਤਾਂ ਕਬਰ ਅਜੇ ਨਿੱਕਾ ਹੈ ਉਸਨੇ ਪਰ ਮੈਂ ਜ਼ਿਆਦਾ ਬੋਝ ਨਾ ਪਾਉਣਾ ਚਾਹੁੰਦਾ ਅੱਬਾ ਜੀ ਇਨਸ਼ਾਅੱਲਾ ਤੁਸਾਂ ਕੀ ਕੋਈ ਸ਼ਿਕਾਇਤ ਨਾ ਹੋਸੀ ਸ਼ਾਬਾਸ਼ ਮੇਰਾ ਪੁੱਤਰ ਓ ਪਾਪਾ ਹਾਂ ਓਏ ਤੁਹਾਡੀ ਬਿੱਲੋ ਕੀ ਲੋੜੀ ਲੋੜੀ ਕਾ ਮਾਰੇ ਤਾਂ ਮੋਟਰਸਾਈਕਲਾਂ ਨੇ ਟਾਇਰ ਥੱਕੀ ਗਏ ਹਾਂ ਸ਼ਹਿਰੋ ਤੂੰ ਮੋਟਰਸਾਈਕਲ ਇਸੇ ਗ੍ਰਾਂ ਦਾ ਤੇ ਤਾਂ ਇਸਨੇ ਟਾਇਰ ਨਹੀਂ ਥੱਕੇ ਮਾੜੀ ਬਿੱਲੋ ਕੇ ਲੋੜਨਿਆ ਇਸਨੇ ਟਾਇਰ ਥੱਕੀ ਗਏ ਓ ਮਾੜੀ ਬਿੱਲੋ ਤੋਏ ਕਿੱਥੇ ਲੋੜਾ ਵਾਜ ਓਏ ਪਾਪਾ ਓਏ ਖੌਫਨਾਕ ਕਿਸਮ ਦੇ ਰਾਗ ਗਾਣੇ ਨਾਲ ਕੋਈ ਫਾਇਦਾ ਨਹੀਂ ਮਾੜਾ ਖਿਆਲ ਆ ਅਗਲੇ ਜੰਗਲਾਂ ਜਾਈ ਕੇ ਉਸਕੀ ਲੱਭਣੇ ਆ ਤੁਹਾਡੇ ਵੀ ਮੰਨੇ ਆ ਉੱਠ ਤੁਹਾਡਾ ਚੰਗਾ ਯਾਰ ਉੱਠ ਹਾਏ ਬਿੱਲੋ ਮਾੜਾ ਲੱਕ ਟੁੱਟੀ ਗਿਆ ਯਾਰ ਬਸ ਉੱਠ ਉੱਠ ਮੈਂ ਮਾੜਾ ਲੱਕ ਟੁੱਟੀ ਗਿਆ शाम होने तक असा की इसे जंगल पैसी ਨੇਰਾ ਹੋ ਸੀ ਨਾ ਫਿਰ ਦੂਏ ਗਿਰਾਂ ਨਿਕਲ ਸਾਂ ਫਿਰ ਜਾ ਸਾਂ ਸ਼ੁਰ ਉਸ ਵੇਲੇ ਤੱਕ ਤੇ ਮੈਂ ਭੁੱਖਾ ਨਾਲ ਮਰੀ ਗਿਆ ਸਾਂ ਠਹਿਰੋ ਮੈਂ ਤੁਸਾਂ ਵਾਸਤੇ ਕੁਰੋ ਕੰਡੇ ਫਰਾਈ ਕਰੀ ਤਾੜਨਾ ਹੈ ਇਹ ਸਾਰੇ ਨਾਲ ਇਹ ਕਿਸੇ ਨਾਲ ਵੀ ਨਹੀਂ ਉਹ ਕਹਿ ਕਰਨਾ ਉਹ ਕੰਡੇ ਨਹੀਂ ਉਹ ਇਤਨਾ ਜੰਗਲ ਹੈ ਕੋਈ ਖਾਣੇ ਪੀਣੇ ਵਾਲੀ ਚੀਜ਼ ਢੂੰਡ ਚਲੋ ਮੈਂ ਤੱਕਣਾ ਕੋਈ ਬੈਰ ਮਿਲੀ ਗਛਣ ਕੋਈ ਗਰੰਡੇ ਮਿਲੀ ਗਛਣ ਗਰੰਡੇ ਪਸੰਦ ਨਹੀਂ ਬਹੁਤ ਜ਼ਿਆਦਾ ਤੂੰ ਪਸੰਦ ਵੀ ਗਰੰਡਾ ਹੀ ਕੀਤਾ ਬਹਰਲ ਮੈਂ ਜਾ ਰਿਹਾ ਗਰੰਡਾ ਸਰੰਡਾ ਨਹੀਂ ਤਾਂ ਸਰੰਡੇ ਨੇ ਮੂੰਹ ਵਾਲਿਆ ਜਗਿਆ ਇਹ ਸ਼ੁਰਲੀ ਕੀ ਖਾਣਾ ਆਰਾਮ ਆ ਜਾਂ ਲਾਲ ਆ ਕਰਨੀ ਹੈ ਮਕਰੂਆ ਛੋੜ ਇਸਕੀ ਹੈ ਚੰਗਾ ਹੀ ਹੈ ਵੈਸੇ ਮਾੜਾ ਯਾਰ ਹੈ ਤੱਕ ਨਾ ਅਸਾਂ ਪਿੱਛੇ ਕਿਤਨੀ ਕੁਰਬਾਨੀ ਦੇਣਾ ਪਿਆ ਹਾਂ ਇਹ ਤੇ ਹੈ ਬਿੱਲੋ ਤੇ ਜੱਗੇ ਕੀ ਮਿਲਾਣ ਇਸ ਨਾਲ ਬਹੁ ਹੱਥ ਹੈ ਵੈਸੇ ਇਹ ਤੱਕੇ ਨਾ ਤੂੰ ਮਾੜੇ ਨਾਲ ਆ ਕੇ ਪਛਤਾਣੀ ਤਾਂ ਨਹੀਂ ਪੀ ਨਹੀਂ ਜਗਿਆ ਹੁਣ ਚਾਹੇ ਭੁੱਖ ਹੋਵੇ ਜੀਣਾ ਮਰਨਾ ਤੇ ਤਾੜੇ ਨਾਲ ਹੀ ਹੈ ਸੱਚੀ ਸੱਚੀ
ते राही भुली गयो हो। इत जंगल च रिछ बांदर बिन मानोस लगड़ बगड़ ते मैं कुदर नासो। मैं जंगली जानवर माड़ा क्या कम, माड़ा ते जंगल ना शनाती कार्ड भी नहीं बनया, मैं केड़े पासे गच्छा हैं इधर गच्छा। जंगल के बादशाह, मैं थोड़ा वजीर हूँ, बल्कि थोड़ा खंजीर हूँ। क्या गल है शुरली? जंगली जंगल, जंगली जानवर, शेर तकिया, चीता तकिया, पगियार तकिया, लगड़ बगड़ तकिया, बांदर मिकी नकला लाना, बिन मानस मिकी हिंगे करना, उन दसो क्या करो? और क्या करिए? ये जगह बड़ी खतरनाक है, ए ना वैकुस है ना ग्रह बन गया, चलो इधर निकलो निकलो चलो। माड़ा ख्याल है, इधर चलिए। नहीं इधर फूफी ने पत्री ये नहीं, उधर इधर चलो, इधर इधर। मैं पौड़ी नहीं सकिया, हुण ते वैसे ही बुढ़ा हो गया। अज तक माड़े हाल उठ पापा,
ओ पापा ओ मैं पकड़ी किंदिया तोरे सच के ध्यान नहीं कर दी छना ओ मारी चका उठो 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 ओ मारी जंगा छोड़ा मारी जंगा जी कुतरी ओ छोड़ा छोड़ा इस जल्ले को छोड़ इस पियूगी इस उथर गोली उठो 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 पढ़े लिखे लोग बाड़ी गसनो चोण ने अच्छा ओए काकाश भाई ला जा नाल दा पूरा ध्यान रखी नाले टीम भी की नहीं गो जगह जड़ा है ना जी बड़ा गंदा बंदा है जगह जगह गंद करना ये बिल्लो की निशाई तक ही नहीं गया मैं तो इसने नाल कोई ना सा मैं मासूम शरीफ पले मानस आदमी मैं तो ऐसा लड़का नहीं हूँ चल चल सुछु कर साहब जी मेरी गलत सुनो वैसे तुसी बहुत चंगी शख्सियत नजर रखनी हो तुसा अपना नाला टूंगो और मैं चल के साहब नु दसा ओ जगह ते नस के मुकी छोड़ दियो ना तको कैडी तुसा नी पर्सनालिटी है ओ क्या ओ क्या वा ओए साहब जी ए जगह नस के आ गए ओ जगह नसिया ते मिलन वदाइयां जगह नसिया ओए ओ जगह ए सब पुत तेरी बनवासी है मैं हुन पता लगा तू मुकी गन नहीं लाया सी मैं का जीता मौलवी ना बंदोबस्त कर ये बिलोना ता नीर सेना ने कहा अजय उसी यार के बात हुई मोड़ी ना पता करने गया और नाल ने ग्रांच जनाला पढ़ाने आस्ते गया ओ क्या गला पापा था ग्रांच और मौलवी कोई नहीं ओ ऐसा मौलवी नीरा मौलवी नहीं नाल दर्दी है कफन भी हुए सीना ओ मौलवी की अजय जाना सी ओ ना मगज चट जरा तू अगर स्यापा पे आती की मौलवी नहीं पई है हला तू सी संग तू दो पितर जुलो जो पे दंग दर दंग अगर दंग तुम्हारी वजह नाले सारा आया हमारी ती बिल्लो मरे मरे बदे थल तक मैं तो ही प्यार ना नहीं मौना प्यार भी देता मैं तो इस उम्र जमी कि ये पूरे ग्रां च जलील करनी है बिल्लो मैं जलील ना कर बिल्लो पापा मैं तो केड़ी पैड़ी लगनी है अपने हथा लामी की मारी छोड़ और मैं मनीर साना शादी ना करनी है ना करनी है और ये किस्मत है मुरली आज मैं बना मांगा तेरी मुरली दसो किथे जगह जगह ना किसे जगह पता करो जगह 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 मिल जाना भी क्या पता ओ तू मैनू जानदा नहीं मैं बड़ा तत्ता थानेदार हूं तत्ते थानेदार हो तवे पर भाई थानेदारी करनी हो ओ स्टॉप ओ मैं मारया नहीं तू पहले चीखने लग पे ए मारने तू पहले नहीं चीखी बाद वाली कुथू निकलनी ने ओए तू बढ़िया पुठियां गल्ला करना वाए पुठा लमका या नहीं था पुठियां गल्ला कर सारा और सीधियां गल्ला करो सर जी जे आखने हो तो मैं इसकी जरा सीधा करा तू पहले अपना मुंह सीधा कर टिबे मुंह आलिया ओ बनारस ओ खोलो जरा इसके शुक्रम की सीधा कीता ने पुठियों तुसा की तखी तखी ते पुठियों ये बहुत बड़ा बदरोबा लगना से हला पुठियों इन नहीं तो नासा तू कद मगजाली नजर सनी थी तुसा बारल पुठियों सीधे ही लगने से हो उठोए तुम बड़ा नवाब बन के बैठे कोई ब्याह दे नहीं आया दस किथे जगह मैं जगह ने दसा के केड़ी जगह आया पर मिगी तुस कपड़े ते लवाओ ना चीले लवाए ने तको ना ए फाशी उड़िया नहीं है इसलिए पर दफा 92 बटा 94 लगना ने ओए बनारस ओए दियो इसकी कपड़े कपड़े दियो सलांटा ना बाओ
कपड़े आन वे ये दर्जी है जी ये तो भी सिपाहिया मारे ना पहने ना शिलिंग ते नहीं होए ना हाँ तो मैं क्या फरमा रहा था जगह जड़ा है ना ओ मैं क्या दसा जी इस ना बूथा तकड़ा मैं सारा कुछ भूली गए ला करा आज साड़ी चौकी ए चंद किधरू चढ़ाया की ना है तेरा मेरा नाम सवेरा सवेरा लगता है मेरी जिंदगी जो मुक गया है नेरा या रेंटल पावर चाहिए किंदी तुसा बियो ना मैं बैठने वास्ते ना आई दरअसल मैं तुसा नाल कोई काम सा हुक्म करो मैं तुसा ने क्या खिदमत करा मैं शुरली ने जमानत मारी आई सी ए बेकसूर की चोरी चोराना तुम्हारा शुरली नाल क्या तल्लुक है इंसानियत ना तल्लक है वाह वाह क्या खूबसूरत गल कीती ने तुसा शुरले की किन्नी जुलो पर सर जी इसने ते आले जग्गे दे बारे च कुछ दसया ही नहीं ओ तू चुप कर तखना ने पिया कितनी खूबसूरत हस्ती आई है जमाने दे वास्ते कोई कोई हस्ती आई है बल्कि नस्ती नस्ती आई है चलो शुरले तैनू इना दी खातिर छड़ता मेहरबानी थानेदार साहब ते हुण कदों आसो हुण ते चक्कर लग रहे रह सना सने You're my love, my love. Jare ja, you're my love. You're my love, my love. Jare ja, you're my love. You're my love. Oh, Banaras. Ji sir. Oh, pani da glass le aaye. What's it all with love? वैसे एक गल थी या सवेरा तू उस थानेदार को मिकी बचाई ना तो माड़े पर बड़ा एहसान कीता नहीं तो मिकी पुठा लमकाई ते या जा मारन मैं तो पुठिया नीचा मारन लगी प्यासा शुरली एहसान केड़ी गल ना असा एक दूसरे नाल प्यार करने आ ते प्यार विच एक दूसरे काम अछना चाहिए ठीक है ते जग्गे एक ते बिल्लो की भी मिलवाना मैं आले ओ वैसे एक गल थी या ओ थानेदार तुहाड़े पर लट्टू हो गया सा लट्टू तो उस आना ही सा ना फिर ते गल सुन जे उस फिर मिकी पगड़ी किंदा ते माड़ा नाम ही सवेरा वे ते ओ माड़े एक कदा नहीं मारे ओए इन नहीं है दावा पर तो सर रह गए है ना टाइम लभी गया है ओ क्या करा रेशमा थानेदार साहब जान ही नहीं छोड़ना हां ठीक है जुड़ो थानेदार को लेके आला हूं की गुस्सा करनी है छोड़ना गुस्से ही तो तू बुरी बुरी लग रही ओ माड़ा मतबल है तू हर वेला हसनी रिया कर ना मैं पागल हर वेले हसनी रिया ऐ तक माड़े हथाल ओ थानेदार को जान छड़ा के आया हूं तू ना मुंह बना नाराज हो गई ओ बलदार जी राजी हो गए छो ना मैं ना तुम्हारा ना राजी Thank you.
सुषमा मी तुम्हारे पापे ना गल करनी पैसे मैं कि डर लगना कुछ पापा इनकार ना करिश्मा रेशमा तू ना घबरा अल्लाह चंगिया कर सी रेशमा तू बादशाह खानी पहन है तू एक हवलदार गलती भी है पापा ये बनारस बहुत चंगा है तुसा ठीक आखने जनाब पर ये हवलदार तुसा नहीं पहन की खुश रख सी बकवास बंद कर कुत्थै बादशाह खान ते कुत्थै मामूली जा हवलदार तुसा माड़े ते मेहरबानी करो मैं हमेशा तुसा ना ताबेदार रह हां पापा तुसा दौलत की ना देखो अपनी पहन की खुशी की देखो ठीक है अगर तू ए चाहनी है इस बारे में सोचा बनारस तू अपने बड़िया की मेरी कोठी ते भेजी चल रेशमा ओ मजरिया ओ माड़ा कुछ कर ला ओए ओ माड़ा पेट सुज सुज के पटन जा रही ओए ਬਾਈ ਤੁਸੀਂ ਤੇ ਇੱਕ ਵਾਰੀ ਸਾਰੀਆਂ ਮਿਕਸ ਦਾਲਾਂ ਲਗਾ ਕੇ ਚਾਵਲਾਂ ਦੇ ਬਾਅਦ ਖਾ ਲਈ ਜੀ ਉਹ ਕਹਿ ਦੱਸਾਂ ਉਹ ਜਿਸਲੇ ਚਾਵਲਾਂ ਤੇ ਦਾਲ ਪਾਈ ਕੇ ਖਾਣਾ ਨਾ ਤੇ ਉਸ ਨਾਲ ਮਜ਼ਾ ਹੀ ਕੋਈ ਹੁਣ ਮਜ਼ਾ ਕੀ ਨਾ ਹੋਣਾ ਓਏ ਬਾਈ ਲਾਈਟ ਚਕਰਾ ਨਾ ਕਰ ਬਾਈ ਲਾਈਟ ਚਕਰਾ ਨਾ ਕਰ ਓ ਜਾ 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 ਕੇ ਡਾਕਟਰ ਕੀ ਕੀ ਲਿਆ ਬਾਈ ਯਾਰ ਕੋਈ ਡਾਕਟਰ ਨੂੰ ਬੁਲਾ ਕੇ ਲਿਆ ਠੀਕ ਹੈ ਪਾਪਾ ਮੈਂ ਕਿਸੇ ਡਾਕਟਰ ਕੀ ਤੱਕਣਾ ਆਏ 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 ਓਏ ਮੈਂ ਬੜਾ ਤੱਤਾ ਥਾਣੇਦਾਰ ਆ ਓਏ ਓ ਸਰ ਜੀ ਓ ਪਤਾ ਚਲੇ ਗਿਆ ਤੁਸੀਂ ਕਿਤਨੇ ਕੀ ਤੱਤੇ ਥਾਣੇਦਾਰ ਹੋ ਚੁੱਪ ਕਰ ਓਏ ਜੱਗਾ ਹੁਣ ਮਾੜੇ ਕੋਲੋਂ ਨਹੀਂ ਬਚੀ ਸਕਣਾ ਓ ਸਰ ਜੀ ਠੀਕ ਹੋ ਸੋ ਤਾਂ ਜੱਗੇ ਕੀ ਪਕੜ ਸੋ ਨਾ ਚੱਲ ਜੁਲ ਓਏ ਜਾ ਕੇ ਦੁੱਧ ਪੱਤੀ ਨਾ ਬੰਦੋ ਬਸ ਕਰ ਹੋ ਸਕਣਾ ਹੈ ਗਰਮ ਗਰਮ ਦੁੱਧ ਪੱਤੀ ਪੀਆਂ ਤਾਂ ਦਰਦ ਠੀਕ ਹੋ ਜਾਏ ਠੀਕ ਹੈ ਸਰ ਜੀ ਮੈਂ ਦੁੱਧ ਪੱਤੀ ਨਹੀਂ ਕਰਾਉਣਾ ਓ ਤੂੰ ਵੀ ਜਾ ਬਾਕੀ ਨੇ ਕੰਮ ਕਰ ਚਾਵਲਾ ਤੇ ਦਾਲ ਪਾਈ ਕੇ ਖਾਦੀ ਅੱਗੇ ਵੀ ਰੋਜ਼ ਖਾਣਾ ਸਾ ਅੱਜ ਪਤਾ ਨਹੀਂ ਕੀ ਹੋਇਆ ਆ ਬੜੇ ਕੋ ਕੋ ਕਾ ਹੋ ਗਿਆ ਓਹ ਹੋ ਬਜ਼ੁਰਗੋ ਇਹ ਤਾਂ ਬਹੁਤ ਕੰਮ ਖਰਾਬ ਹੋ ਗਿਆ ਤੁਸੀਂ ਫਿਕਰ ਨਾ ਕਰੋ ਮੈਂ ਹੁਣੇ ਤੁਸਾਂ ਕੀ ਚੈੱਕ ਕਰਨਾ ਕਿਆ ਕਰਨਾ ਕਿੱਥੇ ਫਸੀ ਗਿਆ ਇਹ ਤਾਂ ਕੋਈ ਇਸ ਤਰ੍ਹਾਂ ਕੰਮ ਨਹੀਂ ਬਣਸੀ ਇਹ ਤੁਸਾਂ ਸਿੱਧੇ ਹੋ ਨਾ ਓਏ ਹੋਏ ਹੋਏ ਤੁਸਾਂ
ਸਾਨੂੰ ਸੁੱਖ ਨਾ ਸਾਹ ਆਇਆ, ਮਾੜਾ ਤੇ ਸਾਰਾ ਹੀ ਸੁੱਖ ਬਰਬਾਦ ਕਰੀ ਛੋੜਿਆ ਨੇ। ਉਹ ਜ਼ਰਾ ਇੱਧਰ ਸਿੱਧੇ ਹੋਵੋ, ਹੈ ਜ਼ਰਾ ਤੁਸਾਂ ਕੀ ਮੈਂ ਚੈੱਕ ਕਰਨਾ, ਤੁਸਾਂ ਕੀ ਪਤਾ ਹੀ ਨਹੀਂ ਮੈਂ ਕਿਤਨਾ ਕਾਬਲ ਡਾਕਟਰ ਹਾਂ, ਬਹੁ ਰੇਸਾਂ ਜਿੱਤੀਆਂ ਮੈਂ, ਬਹੁ ਰੇਸਾਂ। ਇੱਧਰ ਆ ਕਰੋ ਲੰਮੀ ਜੀ, ਇਤਨੀ ਲੰਮੀ ਵੀ ਨਹੀਂ ਕਰਨੀ, ਮੌਤ ਨਾ ਫਰਿਸ਼ਤਾ ਆਈ ਜਾਸੀ। ਇੱਕ ਸਾਹ ਕਿ ਨੋ, ਕਿਆ ਸਾਹ ਕਿੰਨਿਆਂ ਨੇ, ਇੱਧਰ ਆਖਰੀ ਸਾਹ ਕਿ ਨੋ, ਮਾੜਾ ਮਤਲਬ ਏ ਇੱਕ ਹੋਰ ਸਾਹ ਕਿ ਨੋ। ਸ਼ੁਕਰ ਕਰੋ ਬੱਚੀ ਗਏ ਹੋ, ਮੁਬਾਰਕ ਹੋਵੇ ਨੇ, ਲੰਮੇ ਹੋ ਜਾਓ ਜੀ। ਤੁਸਾਂ ਨਾਲ ਮਸਲਾ ਤੇ ਹੋਇਆ ਹੱਲ, ਤੇ ਮਿਕੀ ਦਿਓ ਹੁਣ ਇਜਾਜ਼ਤ। ਡਾਕਟਰ ਸਾਹਿਬ ਜੀ, ਤੁਸਾਂ ਦੀ ਫੀਸ ਕਿੰਨੀ ਹੈ? ਨਾ ਲੇਟੇ ਰਹੋ, ਲੇਟੇ ਰਹੋ, ਮਿਕੀ ਫੀਸ ਨਹੀਂ ਚਾਹੀਦੀ, ਨਾ ਮੈਂ ਡਾਕਟਰ ਹਾਂ ਨਾ ਮਾੜੀ ਕੋਈ ਫੀਸ, ਮੈਂ ਤੇ ਆਪ ਜੱਗਾ ਰੇੜੇ ਵਾਲਾ। ਘਬਰਾਓ ਨਾ, ਬਲਕਿ ਮੈਂ ਤੇ ਆਖਣਾ ਤੁਸਾਂ ਨਾ ਇਹ ਮਾੜੀ ਸਾਰੀ ਡਾਕਟਰੀ ਰੱਖੀ ਕਿਲੋ ਮੈਂ ਚੁਲਿਆ ਨੇ, ਇਹ ਤੁਸਾਂ ਕੀ ਮੁਬਾਰਕ ਹੋਵੇ ਕਿ ਜਿਹੜੇ ਤੁਸਾਂ ਨੇ ਦੋ ਜਾਗਤ ਨਾ ਇਹਨਾਂ 'ਚ ਤੁਸੀਂ ਕੀ ਡਾਕਟਰ ਬਣਾਓ, ਜਿਹੜਾ ਰੋਜ਼ ਰੋਜ਼ ਇਹ ਮਾਮਲਾ ਨਾ ਇਹ ਘਰੇ ਨਾ ਘਰ ਹੀ ਰਹਿ ਸੀ ਅੱਲਾ ਨੇ ਵਾਲੇ। ਉਹ ਵਿਕਾਸਿਆ, ਉਹ ਡਾਕਟਰ ਕੀ ਵਜ੍ਹਾ ਲੈ ਕੇ ਆਉਂਦਾ ਜੀ, ਉਹ ਤੇ ਆਪਣੀਆਂ ਟੂਟੀਆਂ ਵੀ ਇੱਥੇ ਛੋੜੀ ਗਿਆ। ਡਾਕਟਰ ਜੀ ਹੋ ਰਿਹਾ ਸੀ, ਪਰ ਇਹ ਬਹੁ ਕਾਬਲ ਸੀ, ਭੌਤੀ ਕਿਤੇ ਰਾਮ ਆਈ ਗਈ। ਹੌਲੀ ਦਬਾ ਖਾਨਾ ਖਰਾਬਾ, ਉਹ ਮੈਂ ਬੜਾ ਤੱਤਾ ਥਾਣੇਦਾਰ ਹੋਏ। ਕੱਟਾ ਤੱਤੇ ਥਾਣੇਦਾਰ, ਇੱਕ ਜੱਗਾ ਤੇ ਤੁਹਾਡੇ ਕੋਲ ਪਕੜਨ ਨਹੀਂ ਹੋਇਆ। ਉਹ ਜੱਗਾ ਤਾਂ ਮੈਂ ਫੜ ਹੀ ਲਿਆ ਸੀ, ਐਵੇਂ ਜ਼ਰਾ ਮੇਰਾ ਪੈਰ ਸਲਿਪ ਹੋ ਗਿਆ, ਉਹ ਜੱਗਾ ਵੀ ਨਹੀਂ ਜਾਂਦਾ ਮੈਂ ਕਿਤਨਾ ਕੁ ਤੱਤਾ ਥਾਣੇਦਾਰ ਹਾਂ। ਸਰ ਤੁਸੀਂ ਕਹਿੰਦੇ ਹੋ ਤੇ ਮੰਨ ਲੈਣਾ, ਵੈਸੇ ਨਜ਼ਰ ਕੁਝ ਨਹੀਂ ਆਇਆ। ਉਹ ਸਟਾਪ ਹੋਏ ਇੱਕ ਦੇਸੀ ਓਏ, ਮਨੀਰ ਸਾਹਿਬ, ਮਨੀਰ ਜੀ, ਤੁਸਾਂ ਕੀ ਫਕੀਰ ਸਾਹਿਬ? ਹਾਂ ਮਨੀਰ ਜੀ, ਇੱਧਰ ਆਓ ਨਾ, ਮਾੜੇ ਕੋਲ ਤੇ ਬਹਿਓ। ਮਨੀਰ ਜੀ, ਤੁਸਾਂ ਕਿਤਨੇ ਚੰਗੇ ਹੋ। ਅੱਛਾ, ਮੈਨੂੰ ਵੈਸੇ ਪਤਾ ਲੱਗ ਗਿਆ ਕਿ ਤੁਸਾਂ ਨਾਲ ਹੀ ਮਾੜਾ ਜੋੜ ਲਿਖਿਆ ਆਇਆ। ਪਨੀਰ ਜੀ, ਕਿ ਅਬੇਰਾ ਸਾਰੀ ਦਿਹਾੜ ਨਾ ਬਦਾਇਆ, ਮੈਂ ਪਾਣੀ ਨਾ ਕੁੱਟ ਵੀ ਨਹੀਂ ਭਰਿਆ, ਕਿ ਪਾਣੀ ਪਿਲਾਓ ਨਾ। ਮਾੜੇ ਹੱਥ ਖੋਲਸੋ ਤੇ ਪਾਣੀ ਪੀਸਾਂ ਨਾ। ਨੋ ਨੋ, ਮੈਂ ਨਾ ਹੱਥ ਖੋਲਣਾ, ਬੋਰੀ ਵੀ ਕਿ ਮਾਰਸ਼ਨ। ਮੈਂ ਕਿਹੜਾ ਚਾਚੇ ਰਾ ਕੀ ਦੱਸਾਂ, ਤੁਸਾਂ ਫਿਰ ਮਾੜੇ ਹੱਥ ਬੰਨੀ ਛੜੇ। ਅੱਛਾ, ਮੈਂ ਤਾਂ ਸੁਣ ਕੇ ਯਾ ਮਨੀਰ ਜੀ, ਤੁਸਾਂ ਕਿਤਨੇ ਚੰਗੇ ਹੋ, ਤੁਸਾਂ ਤਾਂ ਵਾਕਈ ਮੈਂ ਗੱਲ ਬਹੁਤ ਪਿਆਰ ਕਰਦੇ ਹੋ। ਜਲਦੀ ਕਰੋ ਨਾ, ਟਾਈਮ ਘੱਟ ਆ। ਇਹ ਤਾਂ ਜ਼ਰਾ ਜਿਹਾ ਪਾਣੀ ਤੇ ਗਲਾਸ ਭਰ ਕੇ ਦਿਓ ਨਾ। ਛੋੜਨਾ
ਕੀ ਮਾਰਨੇ ਸੀ ਵਿਚਾਰੇ ਮਾਰਾ ਬੱਚਾ ਕੀ ਮਾਰਨੇ ਸੀ ਓ ਪਾਪਾ ਓ ਇਸ ਕੀ ਤਲਾਸੇ ਨਾ ਦੇ ਓ ਬਿੱਲੋ ਨਸਾਈ ਛੁੜੀਏ ਇਸ ਕੀ ਪਾਇਆ ਹਾਂ ਓ ਬਿੱਲੋ ਨਸੀ ਗਈ ਬਿੱਲੋ ਨਸੀ ਗਈ ਹੈ ਇਸ ਨਸਾਈ ਹੈ ਇਸ ਨਸਾਈ ਹੈ ਓ ਫਗਾਤਾ ਬਿੱਲੋ ਓ ਬਿੱਲੋ ਦੂਜੀ ਵਾਰੀ ਨਸੀ ਗਈ सर्जिकल इंटरप्राइजेस मीरपुर में सर्जिकल की मुकम्मल सामान की वाहिद दुकान हर किस्म की टूटी हुई हड्डियों और जोड़ों का सामान दस्तयाब है सर्जिकल इंस्ट्रूमेंट्स और डिस्पोजेबल सामान मस्तन ड्रेप सिरिंजेस कैथेटर कैनोला कॉटन रोल कॉटन बैंडेज रिबन गॉज कॉलर शुगर चेक करने वाली मशीन ऊंचे सुनने के लिए आला सामान पेट कम करने के लिए बेल्ट हर्निया बेल्ट मजदूर अफराद के लिए व्हील चेयर कमोड चेयर बैसाखी वॉकर वगैरह इसके अलावा हॉस्पिटल के लिए फर्नीचर दस्तयाब है रॉयल सर्जिकल इंटरप्राइजेस हैदरीयम कलंदरम मस्तम बंदे मुर्तजा अली हस्तम पेशवाए तमाम रिंदानम के सगे कुवे शेर जस्दानम गुजर खान के रूहानी आमिल मुआलिज प्रोफेसर आजम जोहरी कहते हैं तकदीर को बदल देती है दुआ आपके हर रूहानी मसले का हल सिर्फ और सिर्फ इसमें आजम कलाम इलाही और इस्तखारे के जरिए ही मुमकिन है रिश्तों में रुकावट खानदानी झगड़ों से निजात नाफरमान औलाद सफर में रुकावट बे औलादी मुकदमा बद तावीजात के असरात और काले इल्म का तोड़ इन सब का हल बजरिया तावीजात और अमलियात राजदारी और गारंटी से इंशाअल्लाह राब्ते के लिए आमिल प्रोफेसर आजम जोहरी लंदन प्लाजा रेलवे रोड गुजर खान फोन 0321-545-8849 0345-593-6849 साहब मैं तुसा की वेख्या ते इंज लगा जिस अल्लाह ने माड़े वास्ते फरिश्ता भेजी छोड़िया ओहो ओ बुजुर्गो मैं तुसा नु किस तरह समझावा ओ मैं डॉक्टर नहीं हां पहली दफा भी जदों माड़ा पेट खराब होया सी तुसी माड़ा फरार सही कीता सी ओ खुदा ना वास्ता जे ओ कल्ले नहीं माड़े दिमाग चो बो नहीं जानी पई ओ तुसी जो भी हो ओ माड़े वास्ते बहु काबिल डॉक्टर हो ए ए माड़िया हथां नु तको मिकी पहले अपनी बहु मुसीबतां पईयां माड़ी जान छोड़ो ਰੱਬ ਨਾ ਵਾਸਤਾ ਡਾਕਟਰ ਜੀ ਮਾੜੇ ਵਾਸਤੇ ਕੋਈ ਦਵਾਈ ਨਾ ਬੰਦੋਬਸਤ ਕਰੋ ਆਲਾ ਬਜ਼ੁਰਗੋ ਇਸ ਤਰ੍ਹਾਂ ਕਰੋ ਨਾ
ਤੁਸੀਂ ਇੱਥੇ ਖਲੀ ਕੇ ਮਾੜਾ ਇੰਤਜ਼ਾਰ ਕਰੋ ਤੇ ਮੈਂ ਤੁਸਾਂ ਨੇ ਦਵਾਈ ਨਾਲ ਬਦੋਬਸਤ ਕਰਨਾ। ਠੀਕ ਹੈ, ਇਹ ਮੈਂ ਇਆਂ ਗਿਆ ਤੇ ਇਆਂ ਆਇਆ। ਡਾਕਟਰ ਨੇ ਚਕਮਾ ਦੇ ਗਿਆ। ਚਲੋ ਮਾਮਦ ਬਖਸ਼ਾ ਆਪਣੇ ਜਾਗਤਾ ਵੀ ਧੋਣ ਤੇ ਕਿਸੇ ਹੋਰ ਡਾਕਟਰ ਦਾ ਬੰਦੋਬਸਤ ਕਰਨ। ਓਏ ਬਨਾਰਸ ਜੀ। ਸਰ ਜੀ, ਓਏ ਟਰੈਕਟਰ ਦਾ ਮਾਲਕ ਹਾਲੇ ਤੱਕ ਨਹੀਂ ਆਇਆ? ਉਹ ਨਹੀਂ ਸਰ ਜੀ। ਪਤਾ ਕਰੋ ਇਹ ਕਿੱਧਰ ਗਿਆ, ਕੋਈ ਖਰਚਾ ਪਾਣੀ ਲਈਏ ਇਹਦੇ ਕੋਲੋਂ। ਉਹ ਸਰ ਜੀ ਬੜੀ ਕੰਮ ਨਹੀਂ ਗੱਲ ਕੀਤੀ ਹੈ, ਅੱਜ ਪਤਾ ਲੱਗਾ ਤੁਸੀਂ ਬੜੇ ਤੱਤੇ ਥਾਣੇਦਾਰ। ਓਏ ਵਾਲਦਾਰਾ, ਉਹ ਇੱਕ ਤਾਂ ਮਾੜਾ ਖਰਚਾ ਮੁੱਕੀ ਗਿਆ, ਉਹ ਤੁਹਾਡੀਆਂ ਨੀਂਦਰਾਂ ਉੱਡੀ ਗਈਆਂ। ਸਰ ਜੀ ਮੀਂਹ ਲੱਗਣਾ ਕੋਈ ਤੁਸਾਂ ਖੌਫਨਾਕ ਜਿਹਾ ਖਾਬ ਤੱਕੇ ਹੈ। ਉਹ ਸ਼ਟਾਪ ਓਏ, ਓਏ ਪਹਿਲੀ ਵਾਰ ਤਾਂ ਇੰਨਾ ਸੋਹਣਾ ਖਾਬ ਤੱਕਿਆ, ਉਹ ਵੀ ਸਵੇਰਾ ਨਹੀਂ ਸ਼ਕਲ ਵਿੱਚ। ਸਰ ਜੀ ਮੀਂਹ ਲੱਗਣਾ ਤੁਸਾਂ ਨੇ ਦਿਹਾੜੇ ਹੁਣ ਥੋੜੇ ਹੀ ਰਹਿ ਗਏ। ਉਹ ਦੂਜੀ ਵਾਰੀ ਸ਼ਟਾਪ ਓਏ। ਓਏ ਹੁਣ ਤੂੰ ਮਾੜੀ ਨਜ਼ਰ ਦੂਰ ਹੋ ਜਾ, ਹੁਣ ਮੈਂ ਤੁਸੀਂ ਬਰਦਾਸ਼ਤ ਨਾ ਕਰ ਸਕਣਾ, ਸ਼ਕਲ ਗੁੰਮ ਕਰ ਓਏ। ਠੀਕ ਹੈ ਸਰ ਜੀ। ਪਤਾ ਨਹੀਂ ਜੱਗਾ ਇਸੇ ਲੈ ਕੁੱਥੇ ਹੋ ਸੀ, ਜੱਗਾ ਮਾੜੇ ਬਗੈਰ ਰਹਿਣਾ ਵੀ ਨਹੀਂ ਸਾ। ਤੇ ਪਤਾ ਨਹੀਂ ਬਿੱਲੋ ਨਾਲ ਵੀ ਕੀ ਹਾਲ ਹੋਣਾ ਪਿਆ ਸੀ। ਵੈਸੇ ਸਵੇਰਾ ਕੋਈ ਇਹ ਜਿਹਾ ਚੱਕਰ ਚਲਾ ਨਾ ਕਿ ਅਸਾਂ ਬਿੱਲੋ ਤੇ ਜੱਗੇ ਕੀ ਮਲਾਈ ਦਈ ਹੈ। ਪਹਿਲਾਂ ਜੱਗੇ ਨੇ ਤਾਂ ਪਤਾ ਚੱਲਣਾ ਉਹ ਕਿਧਰ ਗਿਆ। ਜੱਗੇ ਨਾਲ ਮੈਂ ਜਗ੍ਹਾ ਜਗ੍ਹਾ ਪਤਾ ਕੀਤਾ ਪਰ ਜਗ੍ਹਾ ਕਿਸੇ ਜਗ੍ਹਾ ਨਹੀਂ ਲੱਭਾ। ਸ਼ੁਰਲੀ ਇੱਧਰ ਉੱਪਰ ਤੱਕ, ਮੈਂ ਤੁਹਾਡੇ ਉੱਪਰ ਹਾਂ। ਵੇ ਕੁਦਰ ਲੰਗੂਰਾ ਲਮਕਿਆ ਏ। ਦੱਸਾਂ ਤੂੰ ਕੀ ਸ਼ੁਰਲੀ, ਮਾੜੇ ਮਗਰ ਪੁਲਸਾਂ ਲੱਗੀਆਂ, ਇਤਨੀਆਂ ਪੁਲਸਾਂ ਲੱਗੀਆਂ, ਮੈਂ ਕੋਈ ਜੱਗਾ ਬਦਮਾਸ਼ ਹਾਂ? ਓਏ ਉਹਨਾਂ ਕੀ ਪਤਾ ਹੀ ਨਹੀਂ ਮੈਂ ਤੇ ਜੱਗਾ ਰੇੜੇ ਵਾਲਾ। ਤੇ ਜੱਗਾ ਰੇੜੇ ਵਾਲਾ ਹੈ ਤੇ ਰੇੜਨਾ ਥੱਲੇ ਆ ਨਾ। ਮੈਂ ਬੜੀ ਮੁਸ਼ਕਿਲ ਨਾਲ ਆਪਣੀ ਜਾਨ ਬਚਾਈ ਆ। ਥੱਲੇ ਆ, ਥੱਲੇ ਥੱਲੇ ਥੱਲੇ, ਉਹ ਬਹੁ ਮੁਸੀਬਤਾਂ ਚ ਪਿਆ। ਮਾਰੇ ਕਿਕਰੂ ਟੱਠਾ ਤੇ ਸ਼ੁਰਲੀ ਸੇ ਟਕਰਾ। ਯਾਰਾ ਸ਼ੁਰਲੀ ਤੂੰ ਮਾੜੀ ਬਿੱਲੋ ਕਿਹੜੇ ਤੱਕੀ ਆ? ਯਾਰਾ ਇਹ ਹੈ ਤਾਂ ਮੈਂ ਇਸ ਕੀ ਆਖਣਾ ਸਾਂ ਪਿਆ ਕਿ ਬਿੱਲੋ ਨਾ ਪਤਾ ਕਰੀਏ, ਬਿੱਲੋ ਨਾ ਪਤਾ ਨਹੀਂ ਕਿਆ ਹਾਲ ਹੋ ਸੀ। ਤੂੰ ਕੁਛ ਸੋਚਿਆ ਸਵੇਰਾ ਬਿੱਲੋ ਕਿੱਥੇ ਹੋ ਸੀ? ਮੈਂ ਤਾਂ ਆਖਣਾ ਚੋ ਜੁਲੀਆ ਬਿੱਲੋ ਕੀ ਮਿਲਣ ਜੁਲਨੇ ਆ, ਆਓ ਪਤਾ ਕਰਨੇ। ਨਹੀਂ ਨਾ ਕਰੋ, ਅਸਾਂ ਸਾਰੇ ਬਹਿ ਕੇ ਸੋਚਣੇ ਆ। ਹਲਾ ਬਹਿ ਕੇ ਸੋਚਣੇ ਆ, ਇਹ ਸਹੀ ਆਖਣੀ ਮਾੜੀ ਫੂਲਨ ਦੇਵੀ। ਹਲਾ ਸੋਚੋ ਹੁਣ ਚਲੋ ਕੀ ਕਰੀਏ। ਚਲੋ ਸੋਚੋ, ਅੱਜ ਕਿਸੇ ਨਾ ਕਿਸੇ ਤਰੀਕੇ ਨਾਲ ਬਿੱਲੋ ਨਾ ਪਤਾ ਕਰਨੇ ਆ। ਉਠੋ 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 ਇਸ ਸੀਨ ਮੈਂ ਸੈਂਸਰ ਬੋਰਡ ਵਾਲੇ ਮੌਜੂਦ ਹੈ। ਜ਼ਾਲਿਮ ਸਮਾਜ, ਇਹ ਸੈਂਸਰ ਬੋਰਡ ਵਾਲੇ ਕਦੋਂ ਤੱਕ ਦੀਵਾਰ ਬਣ ਸਕ? ਜਬ ਤੱਕ ਐਸੇ ਸੀਨ ਹੋਤੇ ਰਹੇਂਗੇ ਯੇ ਸੈਂਸਰ ਵਾਲੇ ਹੋਤੇ ਰਹੇ। ਅਲਾ ਅਲਾ ਸੈਂਸਰ ਬੋਰਡ ਇਧਰ ਹੋ। ਬਿੱਲੋ ਮੈਂ ਤੁਹਾਡੇ ਬਗੈਰ ਇਕੱਲਾ ਰਹੀ ਗਿਆ, ਬਹੁ ਧੱਕੇ ਖਾਦੇ। ਮਾੜੀ ਬਿੱਲੋ ਮਿਕੀ ਦੱਸ, ਤੂੰ ਇਸ ਤਰ੍ਹਾਂ ਕਿਸ ਤਰ੍ਹਾਂ ਪਹੁੰਚੀ ਇੱਥੇ? ਇਹ ਬਹੁ ਲੰਮੀ ਕਹਾਣੀ ਹੈ, ਇਥੋਂ ਨਸੋ, ਮੈਂ ਅੱਗੇ ਜੁਲੀ ਕੇ ਦੱਸਾਂ। ਅੱਛਾ ਜਲਦੀ ਕਰੋ, ਜਲਦੀ ਕਰੋ। ਅੱਛਾ ਤੁਸੀਂ ਮਾੜਾ ਸੋ ਨਸੋ, ਮਾੜਾ ਢਿੱਡ ਨਿਕਲਣਾ ਪਿਆ। ਉਹ ਮਨੀਰ ਸੈਨਾ ਕਦਾ ਜ਼ਿੰਦਗੀ 'ਚ ਬੰਦਿਆਂ ਵਾਲਾ ਵੀ ਕੰਮ ਕੀਤਾ ਹੀ? ਉਹ ਮੈਂ ਤਾਂ ਗੱਦੀ ਕੀਤੀ ਉਹ ਜਿਹੜੀ ਤੀ ਕਿ 8 ਜਮਾਤਾਂ ਪੜ੍ਹਾਈਆਂ। ਉਹ ਪਾਪਾ ਉਹ ਤੁਹਾਡੀ ਮੰਨਾ ਤੇ ਇਸ ਕੀ ਢੋਲ ਮਾਰਨਾ ਸਿਖਾਉਣਾ ਚਾਹੀਦਾ ਸੀ ਘਰ ਨੇ।
सुनो, इस तू पहले असा की कोई पकड़ी के ना असा जग्गे ना ते बिलो ना निकाह पढ़ाई छोड़ने आ। शाबाश, वो इस जंगल च छुड़ली माड़ा निकाह पढ़ा सी। तुहाड़ा तो दिमाग ही खराब आ भैया, ता ही तुहाड़ा संगी आ। सो दोवा ना दिमाग खराब, निकाह पढ़ाने वास्ते एक अदद मौलवी ना होना जरूरी होना। एक अदद मौलवी ना भी इंतजाम करना पैसी, नाले गवाहां नी भी लोड़ पैसी ना। पर कुत्थों मौलवी आसी? वैसे यारा छुड़ली, तुसा तो ना ये बंदोबस्त करी सकदे हो। ओ पागला, तू माड़ा संगी है और तुहाड़े पिछे मैं कुछ भी करी सकना आ। सवेरा इस तू पहले होई गए छा नेरा गच्छित करिया कुरै बसेरा, ते मौलवी ना बंदोबस्त करिए चला जुलिया। चलो चलो नेरा पे पैड़ा, मौलवी की भी लोड़ ना मैंने। ओ चिर ना होई गए छा, चलो 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 अल्लाह ने वाले ते जल्दी मुड़ियो। हाय कितने चंगे है भैन भरा। क्या करनी है, वो माड़ी भैन ते ताड़ा भरा है, उन्हें ना भी असान चक्कर। हां अल्लाह, वैसे जगया हां असना इम्तिहान कद खत्म होसी। जिंदगी इम्तिहान लेती है आशिकों की जान, आशिकों की जान, आशिकों की जान लेती है। जिंदगी इम्तिहान लेती है। बस मिकी इतना ही अशना। जगिया, ब्याह करने तो बाद सर ऐसा कित है? सोना न चांदी न कोई महल जाने मन, तुझको मैं दे सकूंगा। बिल्लो एक बार असा ना निकाह हुई जुले, फिर असा रहसा अपने ग्रां विच। शेर लगे हैं जगिया। हम मैं शेर हाँ, तू भी तो शेर नहीं लगी है। हाँ। बिलो के जगे के बारे कुछ सोचो, ये ग्रां की बड़ी बदनामी है, असा बर्दाश्त न कर सकते। जो करना चाहते हो करो, असं तो नाल हाँ। चौधरी साहब बहुत मेहरबानी, असा क्या करना चौधरी साहब, दर 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 आ बाजी करा उधर टोकरा दे, इधर तुर जो कर दो, मैं टोकरा देना। अस्सलाम वालेकुम मौलवी साहब। वालेकुम अस्सलाम। अस्सलाम वालेकुम मौलवी साहब। जीती रहे कुड़ियों। अपना मौलवी साहब, गालबन यकीनन शायद तुसा ए नाल वाले ग्रां च मौलवी तो नहीं हो? मैं मौलवी भी उस ग्रां च कला वा, ते दर्दी भी खैर नाल उस ग्रां च कला ही हां। ए टू इन वन ने फायदन करा लिया। मौलवी साहब असा भी से ग्रां विच रह रहे हो ना? अल्लाह मैं नहीं तुसी तकया। डिजिटल जमाना ना नहीं पता लगना ना। असा तुसा कोल असली चिक कम में मारियो आए हां। खैर दसो दसो। असा असली दो लाशा ना निकाह पढ़ाना। माड़ा मतलब आ के एक जोड़े ना निकाह पढ़ाना। ओए केड़ी गल है अल्लाह मियां, जोड़े या तो आसमाना पर बनाना ते या इथे मैं बनाना जिसरा बकरोटा पठे पिछा नहीं करनी चाहिए।
ਓਏ ਮੈਨੂੰ ਇੱਕ ਗੱਲ ਸਮਝ ਨਹੀਂ ਆਉਂਦੀ ਓਏ, ਪਰ ਤੁਹਾਡੀ ਕੁੜੀ ਬਾਰ ਬਾਰ ਕਿਉਂ ਦੌੜ ਜਾਂਦੀ ਹੈ? ਉਹ ਤਨਜਾਰ ਜੀ ਉਸ ਨਸਣੇ ਦੀ ਬਹੁ ਆਦਤ ਹੈ। ਬਕਵਾਸ ਪੈਂਦਾ ਤੁਹਾਡੇ ਦਰ ਜੀ, ਬਹੁ ਸ਼ਰਮਿੰਦਾ ਉਹ ਜਿਹੜੀ ਨਸਲ ਵਾਲੀ ਚੀਜ਼ ਨੀ ਜਿਹੜੀ ਬਹੁ ਖੁਸ਼ ਆਣੀ ਹੈ ਨਸਲ 'ਚ, ਉਹ ਮਾੜੀ ਚੀ ਜਿਹੜਾ ਉਸਨੇ ਨਾਲ ਸੈਕਲ ਨਸਲ ਜਾਇਆ ਜੱਗਾ ਡੇੜੇ ਵਾਲਾ ਅੱਲਾ ਉਸਦਾ ਬੇੜਾ ਪੱਟਿਆ ਜੱਗਿਆ। ਉਹ ਤੇਰੀ ਗੱਲ ਤਾਂ ਠੀਕ ਹੈ ਪਰ ਇਹ ਕੌਣ ਹੈ? ਉਹ ਕਹਿ ਦੱਸਾਂ ਥਾਣੇਦਾਰ ਜੀ, ਇਹ ਮਾੜੀ ਗਲਤੀ ਹੈ ਜੀ। ਉਹ ਮੈਂ ਤੁਸੀਂ ਕੀ ਦੱਸਣਾ ਸਾਂ, ਇਸਾ ਮਨੀਰ ਸੈਨ ਨਾਲ ਮੈਂ ਵਿਆਹ ਕਰਨ ਆਇਆ ਸਾਂ ਆਪਣੇ ਭਰਾ ਦੀ ਕੁੜੀ ਨਾਲ, ਉਹ ਜੱਗੇ ਰੇੜੇ ਵਾਲੇ ਨਾਲ ਨਸੀ ਗਈ ਹੈ ਜੀ। ਸਾਡੀ ਕੋਈ ਮਦਦ ਕਰੋ ਖੁਦਾ ਦਾ ਵਾਸਤਾ ਜੀ। ਓਏ ਤੁਸੀਂ ਫਿਕਰ ਨਾ ਕਰੋ, ਮੈਂ ਜੱਗੇ ਦੇ ਬਿੱਲੋ ਕੀ 24 ਘੰਟੇ ਨੇ ਅੰਨਾ ਅੰਦਰ ਲੱਭ ਲਾਂਗਾ। ਮਾੜਾ ਨਾਮ ਹੀ ਤੱਤਾ ਥਾਣੇਦਾਰ ਹੈ। ਇਹ ਥਾਣੇਦਾਰ ਜੀ ਕਿਆ ਖਾਣੇ ਜਿਹੜੇ ਐਡੇ ਤੱਤੇ ਹੋਏ ਹੋ? ਪਤਾ ਨਹੀਂ ਥਾਣੇਦਾਰ ਨੇ ਹਰ ਵੇਲੇ ਵਿੱਚ ਬੋਲਣਾ ਰਹਿਣਾ। ਉਹ ਮਾਫੀ ਚਾਹੀਦੀ ਹੈ ਜੀ ਥਾਣੇਦਾਰ ਜੀ, ਉਹ ਇਸ ਜਮਲ ਕੀ ਕਿਆ ਪਤਾ ਹੋਵੇ ਠੰਡਾ ਕਿਆ ਆਉਣਾ ਤੇ ਤੱਤਾ ਕਿਆ ਆਉਣਾ। ਉਹ ਚਲੋ ਠੀਕ ਹੈ, ਤੁਸੀਂ ਜਾਓ ਹੁਣ। ਗੱਲ ਸੁਣ, ਮੈਂ ਕਿੱਥੇ ਵੀ ਦੁਖਣੇ ਪਿਆ, ਇਹ ਥੋੜਾ ਜਿਹਾ ਹੋਰ ਅੱਗੇ ਹੋਰ ਕਿਤਨੇ ਗਿਆ ਮੇਰੇ। ਗੱਲ ਤਾਂ ਸੁਣੋ ਨਾ, ਕੀਆਂ ਕਹਿਵਾ ਕੀਆਂ ਬਿਟਰਨੇ ਪਏ ਹੋ? ਜੰਗਲ ਜਿਸਲਾ ਖਤਮ ਹੋ ਸੀ ਤੇ ਕਹਿ ਸੀ ਪੱਬੀ ਪੱਬੀ ਨਹੀਂ, ਜੰਗਲ ਖਤਮ ਹੋ ਸੀ ਤੇ ਫਿਰ ਅੱਗੇ ਜੰਗਲ ਹੀ ਐਸੀ। ਉਹ ਮੈਂ ਇਹ ਸਾਰੇ ਇਲਾਕੇ ਤੋਂ ਵਾਕਫ ਹਾਂ, ਕੱਲਾ ਮੌਲਵੀ ਹਾਂ ਪੂਰੇ ਗ੍ਰਾਂਚ ਦੇ, ਨਾਲੇ ਕੱਲਾ ਦਰਜੀ ਵੀ ਮੈਂ ਇੱਥੇ ਨਿਕਾਲ। ਗੱਲ ਤੇ ਸੁਣੋ ਨਾ, ਉਹ ਤੂੰ ਮੈਂ ਨਹੀਂ ਨਹੀਂ ਗੱਲ ਸੁਣੋ ਨਾ, ਨਿਕਾਹ ਪੜਾਈ ਕਿਨੋ ਕਹਿ ਫਰਕ ਪੈਣਾ ਜੀ? ਕਹਿ ਫਰਕ ਪੜਾ ਕਹਿ ਸੁਣਾ, ਇੱਥੇ ਜੰਗਲ ਹੈ ਭਈਆ, ਬਾਣ ਬੂਟੇ ਨਾਲ ਨਿਕਾਹ ਪੜਾ? ਨਹੀਂ ਨਹੀਂ ਬੂਟੇ ਨਾਲ ਤੁਸੀਂ ਨਹੀਂ ਪੜਾਣਾ ਨਿਕਾਹ, ਨਿਕਾਹ ਤੁਸੀਂ ਪੜਾਣਾ ਬੰਦਿਆਂ ਨਾਲ, ਜੀਤੇ ਜਾਗਤੇ ਜਗ ਜਗਾ ਜਗ ਜੱਗੇ ਬੰਦੇ। ਗੱਲ ਸੁਣੋ, ਕਿਸੇ ਕੋਲ ਪੈਸੇ ਤਾਂ ਨਾ ਖਾਦੇ ਮੀਂਹ ਮਰਵਾਣੇ ਨੇ? ਨਹੀਂ ਨਹੀਂ ਉਹ ਗੱਲ ਤਾਂ ਸੁਣੋ ਨਾ, ਇਸ ਨਾਲ ਮਰੀ ਜਾਣੀ ਤੇ ਚੰਗਾ ਸਾਥ ਸਾਨੂੰ ਜਿੱਦਾਂ ਤੇ ਬਚੀ ਜਾਣੀ ਆ। ਉਹ ਮਰਨੀ ਕਿਸ ਤਰ੍ਹਾਂ, ਅਜੇ ਮਾੜਾ ਤਾਂ ਉਸ ਨਾਲ ਵਿਆਹ ਵੀ ਸੀ। ਉਹ ਪੁੱਤਰ ਮਰਿਆ, ਉਹ ਲਪਸੀ ਦਾ ਵਿਆਹ ਸੀ ਨਾ। ਓਏ ਲਪਸੀ ਕਿੱਥੋਂ ਲਜੂ ਹੈ ਉਹਦੇ ਬਦਲ ਕਰੇ ਮੀਂਹ ਚਲੇ ਗਿਆ। ਪਾਪਾ ਗੱਲ ਸੁਣ, ਲਪਸੀ ਜ਼ਰੂਰ ਮਾੜਾ ਦਿਲ ਆਖਣਾ, ਪਤਾ ਨਹੀਂ ਨਿਕਾਸ ਦਾ ਵੀ ਤਿਆਰ ਹੋ ਸੀ ਇਸ ਖੋਤੇ ਨਾਲ ਜਾਂ ਨਹੀਂ। ਓਏ ਉਹ ਬਾਅਦ ਦੀ ਗੱਲ ਆਈ ਨਾ, ਪਹਿਲੇ ਆਪਣੀ ਇੱਜ਼ਤਾਂ ਬਚਾਓ, ਉਸ ਦੀ ਲੋੜੋ। ਐ ਬਿੱਲੋ ਇਹ ਗਿਦੜਾ ਵਾਲੀਆਂ ਰੂੜਾਂ ਨਾ ਮਾਰੋ ਤੇ ਉੱਠੋ, ਉਸ ਕੀ ਲੱਭਣਿਆ ਉੱਠਾ ਮਾੜਿਆ ਬੱਚਿਆ ਅਹਿਮਦ ਕਰ। ਜੱਗਿਆ ਸਵੇਰ ਤੋਂ ਸ਼ਾਮ ਹੋਣੀ ਵਾਲੀ ਆਈ, ਇਹ ਛੁਰਲੀ ਤੇ ਸਵੇਰਾ ਮੌਲਵੀ ਸਾਹਿਬ ਕਿੰਨੀ ਕੁ ਕਿਉਂ ਨਹੀਂ ਆਏ? ਜੇ ਅੱਬਾ ਆ ਗਿਆ ਨਾ ਤਾਂ ਸਾਨੂੰ ਸ਼ਮਸ਼ਾਨ ਘਾਟ ਇੱਥੇ ਹੀ ਬਣਾਈ ਛੱਡ ਸਾਂ। ਓਹੋ ਬਿੱਲੋ ਤੂੰ ਕੀ ਘਬਰਾਨੀ, ਉਹ ਦੋਵੇਂ ਜਿਹੜੇ ਨਾ ਉਹ ਬਹੁਤ ਤੇਜ਼ ਨੇ, ਉਹ ਕੋਈ ਨਾ ਕੋਈ ਬੰਦੋਬਸਤ ਜ਼ਰੂਰ ਕਰ ਸਨ।
ਤਕੀ ਅੱਜ ਕੁਝ ਨਾ ਕੁਝ ਜ਼ਰੂਰ ਹੋਸੀ ਆਓ ਆਓ ਬਿਸਮਿਲ੍ਲਾ ਬਿਸਮਿਲ੍ਲਾ ਬਿਓ ਨਾ ਮੌਲਵੀ ਸਾਹਿਬ ਬਿਓ ਜੰਗਲ ਚ ਮੰਗਲ ਖੁਸ਼ ਹੋਈਏ ਹੋ ਨਾ ਬਸ ਹੁਣ ਸਾਡਾ ਦੌਰ ਲੁਕਸੀ ਮੌਲਵੀ ਸਾਹਿਬ ਇਹਨਾਂ ਨਾਲ ਨਿਕਾਹ ਕਰਾਉਣਾ ਵੇ ਇਹ ਦੁਲਾ ਤੇ ਦੁਲਨ ਅਸਲਾਮ ਅਲੈਕੁਮ ਮੌਲਵੀ ਸਾਹਿਬ ਵਾਲੇਕੁਮ ਸਲਾਮ ਇਹ ਦੁਲਾ ਨਹੀਂ ਇਹ ਦੁਲਾ ਆ ਕੋਈ ਕਿੱਲਾ ਨਹੀਂ ਠੋਕਿਆ ਹੋਇਆ ਇਹ ਤਾਂ ਬੋਲੀ ਵੀ ਹੈ ਮੈਂ ਸਮਝਿਆ ਚਾਈਨਾ ਨਹੀਂ ਗੁੱਡੀ ਹੈ ਸਲੀਮ ਉਹ ਛੋੜ ਕੈਂਚੀ ਕੀ ਹੁਣ ਨਿਕਾਹ ਉਸੀ ਉਸੀ ਸ਼ੁਕਰੀਆ ਮੌਲਵੀ ਸਾਹਿਬ ਫੜਾ ਪਹਿਲਾ ਪਹਿਲਾ ਵਿਆਹ ਆ ਕੋਈ ਲਚਕ ਮੈਂ ਤੁਸਾਂ ਕੀ ਖਲਾਸਾਂ ਬਾਅਦ ਚ ਗਚਕ ਨਿਕਾਹ ਪੜਾਓ ਚਲੋ ਜੀ ਫਿਰ ਸਫਾ ਸਿੱਧੀਆਂ ਕਰੀ ਕੀ ਦੋਸ ਓ ਮੌਲਵੀ ਸਾਹਿਬ ਕੀ ਕਰਨੇ ਹੋ ਨਿਕਾਹ ਪੜਾਣਾ ਤੁਸਾਂ ਜਨਾਜ਼ੇ ਵਾਲੇ ਪੱਲੇ ਟੁਰਨੇ ਹੋ ਸਲੀਮ ਜੀ ਓ ਇਸ ਤਰ੍ਹਾਂ ਕਰ ਲਫਾਫੇ ਚੋਂ ਮੁਸ਼ਕ ਬੂਰ ਅਰ ਕੇ ਗੁਲਾਬ ਤੇ ਥੋੜਾ ਜਿਹਾ ਰੂਹ ਕੱਢੀ ਕੀ ਨਾ ਗੱਲ ਸੁਣੋ ਇਹ ਇਹਨਾਂ ਦੀ ਸ਼ਾਦੀ ਹੋਈ ਹੈ ਦੁਲਾ ਦੁਲਹਨ ਇਹਨਾਂ ਨੇ ਮੱਥੇ ਪਰ ਸੇਰਾ ਬੰਨਸਾਂ ਤੁਸਾਂ ਨਾਸਾਂ 'ਚ ਰੂਹ ਤੁਨੋਂ ਲਗੇ ਹੋ ਪੈਰਾਂ ਨੇ ਗੂਠੇ ਬੰਨੋਂ ਲਗੇ ਹੋ ਸ਼ੁਰਲੀ ਉਹ ਤੂੰ ਮਾੜੇ ਨਾਲ ਕੇ ਮੌਲਵੀ ਹੋਰਾਂ ਨਾਲ ਹੈ ਮੈਂ ਤੁਸਾਂ ਨਾਲ ਹੀ ਹਾਂ ਪਰ ਮੌਲਵੀ ਔਰ ਮਾੜੇ ਨਾਲ ਆਏ ਨੋ ਮੌਲਵੀ ਸਾਹਿਬ ਜਲਦੀ ਜਲਦੀ ਨਿਕਾਹ ਪੜਾਓ ਮਾੜਾ ਪਿਓ ਆ ਗਿਆ ਨਾ ਤੇ ਤੁਸਾਂ ਇੱਥੇ ਤੀਰਾ ਪਾਂਚਾ ਕਰੀ ਛੋੜ ਸੋਣ ਅੱਛਾ ਤੀਰੇ ਪਹੁੰਚੇ ਤੂੰ ਯਾਦ ਆਇਆ ਉਹ ਕੱਢੇ ਨੋਏ ਇਹ ਦੱਸੋ ਘੇਰਾ ਕਿਤਨਾ ਰੱਖੋ ਕਰਨੇ ਹੋ ਘੇਰਾ ਅਸਾਂ ਅੱਗੇ ਆਪ ਘੁੰਮਣ ਘੇਰੀ ਚ ਪਏ ਆ ਤੁਸਾਂ ਛੋੜੋ ਸਾਰੀਆਂ ਗੱਲਾਂ ਨਿਕਾਹ ਸ਼ੁਰੂ ਕਰੋ ਤੁਸੀਂ ਨਹੀਂ ਪਤਾ ਮੈਂ ਗ੍ਰਾਂ ਚ ਕੱਲਾ ਕੱਲਾ ਮੌਲਵੀ ਵੀ ਹਾਂ ਤੇ ਗ੍ਰਾਂ ਚ ਮੈਂ ਹੀ ਕੱਲਾ ਕੱਲਾ ਦਰਜੀ ਵੀ ਹਾਂ ਸਿਰਫ ਨਿਕਾਹ ਪੜਾਣਾ ਨਿਕਾਹ ਚ ਬੁਕਰਮ ਨਾ ਰੱਖੋ ਜੋੜਾ ਤਾਂ ਮਾੜੇ ਕੋਲ ਸਵਾਸ ਉਹ ਮੌਲਵੀ ਸਾਹਿਬ ਜੋੜਾ ਨਹੀਂ ਸਵਾਣਾ ਉਹ ਨਿਕਾਹ ਪੜਾਣਾ ਨਿਕਾਹ ਸ਼ੁਰੂ ਕਰੋ ਅੱਛਾ ਇਹ ਵੀ ਕੰਮ ਨਹੀਂ ਲਿਖੋ ਜੀ ਦੱਸੋ ਜੀ ਕੁੜੀ ਤੁਸਾਂ ਨਾਲ ਰਾਜ਼ੀ ਹੈ ਨਾ ਰਾਜ਼ੀ ਹੈ ਤੇ ਬੈਠੀ ਹੈ ਨਾ ਜੀ ਅੱਲਾ ਯਾਰ ਖੈਰ ਕਰੀ ਜੰਗਲ ਚ ਨਿਕਾਹ ਪੜਾਉਣ ਆਈ ਆ ਤੇ ਕਹਿ ਨਾ ਤੁਸਾਂ ਨਾ ਬਿੱਲੋ ਬਿੱਲੋ ਸਲੀਮ ਜੀ ਵੈਸੇ ਕੁੜੀ ਨਾ ਚੰਗਾ ਤੁਸਾਂ ਰੱਖੀ ਕਿਨੂੰ ਨਾ ਚੁੱਪ ਹੋਈ ਹੈ ਮੈਂ ਲਿਖਾਣਾ ਜੀ ਇਸਮੇ ਪੂਰਾ ਨਾਂ ਲਿਖਾਓ ਜੀ ਤੁਸਾਂ ਬਿੱਲੋ ਬਿੱਲੋ ਵਲਦ ਫੱਜਾ ਫੱਜਾ ਫੱਜੇ ਵਿੱਚ ਉਹ ਅੱਖਾਂ ਦੀ ਇਹ ਆਉਣੀ ਹੈ ਨਾ ਆਏ ਆਉਣੀ ਹੈ ਨਾ ਜੀ ਥੱਲੇ ਤਰੇ ਨੁਕਤੇ ਵੀ ਆਣ ਉਹ ਨਹੀਂ ਜੀ ਇਸ ਤਰ੍ਹਾਂ ਲਿਖੋ ਫਈ ਹਈ ਨਹੀਂ ਬਣੀ ਫਈ ਜੀ ਮਲਫ ਜਾ ਫਜਾ ਫਜਾ ਅੱਛਾ ਜੀ ਤੁਸਾਂ ਦਾ ਕੀ ਨਾਂ ਜੀ ਮਾੜਾ ਨਾਂ ਹੈ ਜੀ ਜੱਗਾ ਤੁਸਾਂ ਕੋਲ ਜਗ੍ਹਾ ਹੈ ਉਹ ਜੱਗਾ ਇਸ ਦਾ ਨਾਂ ਆ ਇਹ ਆਪਣਾ ਤੇ ਵਲਦ ਵਲਦ ਜੀ ਨੱਥੂ ਰੇੜੇ ਵਾਲਾ ਨੱਥੂ ਹੈ ਇਹ ਕਿਆ ਕੀਤਾ ਨੇ ਕਿਆ ਲਿਖੀ ਛੋੜਿਆ ਨੇ ਓਏ ਰੜੇ ਵਾਲਾ ਲਿਖਣ ਗਿਆ ਰੇੜੇ ਵਾਲਾ ਲਿਖੋ ਨਾ ਜੀ ਅੱਛਾ ਰੇੜੇ ਵਾਲਾ ਦੋ ਪਹੀਏ ਬਣਾਓ ਨਾ ਦੋ ਪਹੀਏ ਆਪਾਂ ਫਟਾ ਰੱਖੀ ਛੋੜੋ ਅੱਛਾ ਜੀ ਇਹ ਸਾਰੀ ਲਿਖ ਪੜ੍ਹਤ ਗਲਤ ਮੁਲਤ ਜੋ ਕੋਈ ਤੁਸੀਂ ਮੈਂ ਆਖਿਆ ਉਹ ਮੈਂ ਲਿਖੀ ਛੋੜਿਆ ਆ ਪਗੜ ਸਲੀਮ ਤੇ ਇਹਨਾਂ ਨਾਲ ਨਿਕਾਹ ਸ਼ੁਰੂ ਕਰੀਏ ਤੁਸਾਂ ਫਿਰ ਦੋਏ ਰਾਜੀ ਬਾਜੀ ਹੋ ਰਾਜੀ ਹਾਂ ਨਾ ਜੀ ਅੱਛਾ ਜੀ ਆਊਜ਼ ਬਿੱਲਾਹ ਮਿਨ ਸ਼ੈਤਾਨ ਰਜੀਮ بسم اللہ الرحمن الرحیم کیا ہوا مولوی را کی مولوی صاحب یہ وائبریشن نمبر لگی ہے وہ کیا بات ہے وہ مرغی نے دورا ہی ہوئے وہ گل سن سلیم ہو وہ انہاں نے کوئی دوائی تھئی انہاں نے دوائی مارے کول ہی میں انہاں کی اونے سنگانا ہے سنگانا ہے چل تاجی اٹھو مولوی صاحب کیا ہوا تو
سلسلہ وہیں سے شروع کرتے ہیں جہاں سے منقطع ہوا تھا. نکاح پڑھاؤ جی. دیگا پکی گیا؟ دیگا کی چھوڑو دیگا. سارے باندر رجے ہوئے. چلو شروع کرو شروع کرو. اچھا اللہ نے نا نے ہن دھیانے نال ذرا. چلو جی ایک ایک نکاح پڑھا. بسم اللہ شروع کرو. اعوذ باللہ من الشیطان الرجیم. بسم اللہ الرحمن الرحیم. جنگل رئیس ملے سے. واقعی جی صحیح گل ہے. چلو تسا جد کرنے ہے 70 روپیے. وہ کیا دینے نہ کرایا دیتا ہے میں 70 روپیے یار. مولوی صاحب اصل وچ ماڑی کل دیہڑی اتنی لگی سی نا. وی تو آندا سی یار اتا 70 روپیے نہ کرا نکا ہونا. اللہ خیر ہی نہ. اچھا چلو تسا ہن جد کرنے ہو تے رکھی نہ نہیں تے اینا کی تے میں مہربانی مولوی صاحب بڑی مہربانی. اللہ پیسے تو میں اتنے ہی رکھی گی نا. اچھا منہ تے میٹھا کرائی چھوڑو. سیاو بیر دیا نے مٹھائی کا ڈبا دس. چلو میں کدے چلو لوگ ماڑا منہ میٹھا کرانے نا. اج میں تسا نے منہ میٹھا کرائی چھوڑنا. کیا یاد رکھو. ہائے مولوی جی تسا کتنے چنگے ہو. کتھو ہن دیر ہو گئی ہے. پہلے بھی تسی میں آکھیا سی. چلو منہ میٹھا کراؤ جی. آ کنو جی مہربانی. لو جی منہ میٹھا کرو. اپنے منہ میٹھا کرنے ہمارا منہ میٹھا نہ کرانے. تسا نہ کھاؤ آخری عمر ہے دند ٹئی پے سننے. نہ یار کیا کرنا چھلی. پھر چھلی کس طرح کھا سن. چھلی کی چھوڑ انہاں نے منہ میٹھا کرانا چاہیے نہیں. او می لڈو دے لگا کڑا اخروٹ دے لگا. اے مسا منہ کھولو. اے اے کنو اے می لڈو کرائی مڑا منہ بند کر جڑی. بڑی مہربانی جی. تسا اور چلو مولوی صاحب بڑی مہربانی. اچھا مہربانی. اٹھاؤ مولوی اور کی سیما. اوئے جنازہ چک سچے می چک. اللہ نے والے جی. اچھا پھر کچھ کے اللہ نے والے. واہ یار بہت چنگے مولوی اور سن. مبارک ہی ہوئے یارا. خیر مبارک ہی یارا. مبارک ہوئے. ہن اے تواڈی قانونی بیوی ہوئی گئی. مبارک ہوئے جے کیا. خیر مبارک. اے کہ تواڈی وجہ تو سارا کچھ ہویا. ہاں تو ہن ساڑی واری مک رہیا نا. اسے مولوی کی آنسا ہے یہ ایسی. اے تے بڑا پکا نا.
सर्जिकल इंटरप्राइजेस मीरपुर में सर्जिकल की मुकम्मल सामान की वाहिद दुकान, हर किस्म की टूटी हुई हड्डियों और जोड़ों का सामान दस्तयाब है। सर्जिकल इंस्ट्रूमेंट्स और डिस्पोजेबल सामान, मस्तन ड्रेप, सिरिंजेस, कैथेटर, कैनोला, कॉटन रोल, कॉटन बैंडेज, रिबन, गॉज, कॉलर, शुगर चेक करने वाली मशीन, ऊंचा सुनने के लिए आला सामान, पेट कम करने के लिए बेल्ट, हर्निया बेल्ट, मौजूद अफराद के लिए व्हीलचेयर, कमोडचेयर, बैसाखी, वॉकर वगैरह। इसके अलावा हॉस्पिटल्स के लिए फर्नीचर दस्तयाब है। रॉयल सर्जिकल इंटरप्राइजेस। हैदरियम कलंदरम मस्तम बंदे मुर्तजा अली हस्तम पेशवाए तमाम रिंदानम के सगे कुवे शेर जस्दानम। गुजर खान के रूहानी आमिल मुआलिज प्रोफेसर आजम जोहरी कहते हैं, तकदीर को बदल देती है दुआ, आपके हर रूहानी मसले का हल सिर्फ और सिर्फ इसमें आजम कलाम इलाही और इस्तखारे के जरिए ही मुमकिन है। रिश्तों में रुकावट, खानदानी झगड़ों से निजात, नाफरमान औलाद, सफर में रुकावट, बे औलादी, मुकदमा, बद तावीजात के असरात और काले इल्म का तोड़, इन सब का हल बजरिया तावीजात और अमलियात, राजदारी और गारंटी से इंशाअल्लाह। राब्ते के लिए आमिल प्रोफेसर आजम जोहरी, लंदन प्लाजा, रेलवे रोड, गुजर खान। फोन 0321-545-8849, 0345-593-6849। चल के अपनी फोर्स तैयार करिए। खंडदार साहब तुसा मिकी ढूंढने पेशो, मैं आप अच्छी गया। ओए तू चंगा कीता, आपे आई गए, नहीं तो मैं तेनू मफरूर करार दे देना सी। मफरूर करार ना दियो जी, असा बड़िया मुश्किलों नाल इन्हां दोवां की मिलाया है, तो हुण जड़ा ना इन्हां ना ओ स्टाफ। ओए तू जानदा नहीं मैनू, मैं बड़ा तत्ता थानेदार हां, मैं तुहानू सारे नूं हुण चोई साहब दे हवाले करांगा, ते तुहाडे सारे दा फैसला ओ खुद करनगे। ओए काका शिवाई जी सर, तू चल चौकी ते मैं नूं लै के चोई साहब को चलिया। ओके सर। चलो अगे लग, अगे तुसा लगो तते तते असा ठे 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 पीछे। चौधरी साहब तुहाडे हुकम दी तामील करदे आं, मैं इन्हां नूं गिरफ्तार कर लिया। हुण तुसी मैनूं दसो कि इन्हां दे नाल किस सलूक करना है। जग्गे जिहड़ा जुर्म कीता है इसनी सजा की जरूर लभसी, पर इस तों पहलां बिल्लो
ਤੇ ਮਨੀਰ ਸੈਨ ਦਾ ਨਿਕਾਹ ਸੀ। ਪਰ ਚੋਈ ਸਾਹਿਬ ਚੁੱਪ ਹੋ ਜਾ ਗਿਆ, ਅਸੀਂ ਮੌਲਵੀ ਸਾਹਿਬ ਜੀ ਤੋਂ ਬੁਲਾਇਆ, ਅਸਾਂ ਤੁਹਾਨੂੰ ਜੇਲ੍ਹ 'ਚ ਭੇਜਾਂ। ਜੇਲ੍ਹ ਕੀਆਂ ਭੇਜੋ, ਇਹ ਆਪਣਾ ਜੱਗਾ ਤੇ ਬਿੱਲੋ ਆਪਸ ਵਿੱਚ ਪਿਆਰ ਕਰਨੇ ਤੇ ਹੁਣ ਤਾਂ ਇਹਨਾਂ ਦੋਵਾਂ ਆਪਣੇ ਚੁੱਪ ਕਰ ਕੀਆਂ ਚੁੱਪ ਗੱਲ ਤਾਂ ਪੂਰੀ ਕਰਨ ਦਿਓ ਨਾ। ਬਕਵਾਸ ਬੰਦ ਕਰ, ਹੁਣ ਕੋਈ ਗੱਲ ਨਹੀਂ ਮੌਲਵੀ ਸਾਹਿਬ, ਤੁਸੀਂ ਬਿੱਲੋ ਤੇ ਮਨੀਰ ਸੈਨ ਨਿਕਾਹ ਪੜਾਓ। ਉਹ ਚੋਈ ਸਾਹਿਬ, ਉਹ ਮੈਂ ਨਿਕਾਹ ਪਰ ਨਿਕਾਹ ਨਾ ਪੜਾਈ ਸਕਣਾ। ਮੌਲਵੀ ਸਾਹਿਬ ਕਿਆ ਆਖਣੇ ਹੋਵੇ, ਮੌਲਵੀ ਜੀ ਕਿਵੇਂ ਨਹੀਂ ਨਿਕਾਹ ਪੜਾ ਸੋ, ਹੈ ਕੋਈ ਮਸਲਾ ਹੈ ਤੁਸਾਂ ਜੀ? ਮੌਲਵੀ ਜੀ ਨਿਕਾਹ ਤਾਂ ਤੁਸਾਂ ਕੀ ਪੜਾਉਣਾ ਪੈਸੀ, ਇਹ ਜੱਗੇ ਕੀ ਤਾਂ ਬਿੱਲੋ ਕਿਸਾਂ ਬੜੀ ਮੁਸ਼ਕਿਲ ਨਾਲ ਕਾਬੂ ਕਰੀ ਖਾਂਦਾ, ਇਹ ਤਾਂ ਮਿਹਰਬਾਨੀ ਹੈ ਤੱਤੇ ਥਾਣੇਦਾਰ ਹੋਰਾਂ ਦੀ ਜਿਹਨਾਂ ਸਾਡੇ ਨਾਲ ਬਹੁਤ ਮਦਦ ਕੀਤੀ ਹੈ। ਚੌਧਰੀ ਸਾਹਿਬ, ਉਹ ਮੈਂ ਜੱਗੇ ਤਾਂ ਬਿੱਲੋ ਨੂੰ ਨਿਕਾਹ ਆਪੂ ਪੜਾਇਆ। ਕੀਆਂ ਅਸਾਂ ਨਾ ਇਸ ਨਿਕਾਹ ਨਹੀਂ ਮੰਨਣੇ, ਇਹਨਾਂ ਸਾਂ ਧੋਖਾ ਕੀਤਾ। ਤੁਸੀਂ ਤਾਂ ਚੁੱਪ ਕਰੋ। ਚੋ ਸਾਹਿਬ, ਅਸਾਂ ਤੁਸਾਂ ਕੀ ਇਹ ਤਾਂ ਦੱਸਣਾ ਚਾਹੁੰਦੇ ਸਾਂ, ਪਰ ਤੁਸਾਂ ਅਸਾਂ ਕੀ ਬੋਲਣ ਹੀ ਨਹੀਂ ਦਿੱਤਾ। ਇਹ ਤਾਂ ਦੱਸਣਾ ਚਾਹੁੰਦੇ ਸਾਂ, ਤੁਸਾਂ ਦੱਸਣ ਹੀ ਨਹੀਂ ਦਿੱਤਾ। ਦੱਸੋ, ਜੇ ਇਹਨਾਂ ਨਿਕਾਹ ਹੋਇਆ ਬਾਬਾ, ਤਾਂ ਫਿਰ ਇਹਨਾਂ ਨੂੰ ਕਿਉਂ ਬੁਲਾਇਆ ਥਾ? ਤੂੰ ਠੀਕ ਆਖਦੇ ਚੋਰੀ ਦਾਲਤ, ਲੈ ਵੀ ਫਜਿਆ, ਜੱਗੇ ਤੇ ਬਿੱਲੋ ਨਿਕਾਹ ਸਾਬਤ ਹੋ ਗਿਆ, ਮੌਲਵੀ ਸਾਹਿਬ ਦੱਸੀ ਛੋੜਿਆ। ਚੋਈ ਜੀ ਨਿਕਾਹ ਜੋ ਜਿਹਾ ਸਾਬਤ ਹੋ ਗਿਆ, ਅਸਾਂ ਯਾਦ ਤੇ ਬਾਜੀ ਕਰਾਂ, ਅਸਾਂ ਕੀ ਆਖੀ ਸਕਦੇ ਹਾਂ? ਤੁਸਾਂ ਸਾਡੇ ਚੌਧਰੀ ਹੋ, ਜੋ ਵੀ ਫੈਸਲਾ ਕਰੋ ਅਸਾਂ ਇਹ ਮਨਜ਼ੂਰ ਹੈ। ਕਿਉਂ ਕਰਮੋ ਬਾਜੀ ਕਰਾਂ? ਆਹੋ ਪਾਪਾ, ਹੁਣ ਕਿਆ ਹੋ ਸਕਣਾ। ਆਹ ਉਹ ਗੱਲ ਸੁਣੋ, ਦੋ ਮੰਜ਼ਿਲ ਖੋਤਿਆ, ਹੁਣ ਆ ਨਹੀਂ ਚੱਲਣੀ ਇੱਥੇ, ਉਹ ਤੁਹਾਡੀ ਭੈਣ ਦਾ ਨਿਕਾਹ ਹੋ ਗਿਆ। ਉਹ ਨਹੀਂ ਅੱਬਾ ਨਹੀਂ, ਮੈਂ ਇਸ ਨਿਕਾਹ ਨਹੀਂ ਮੰਨਿਆ। ਇਹ ਨਹੀਂ ਮੰਨਣਾ ਤੱਕੋ, ਹੁਣ ਆ ਨਾ ਕਰ, ਹੁਣ ਕਰ ਨਾ ਨਾ ਨਾ। ਲਓ ਫਿਰ ਮੇਰੀ ਤਰਫੋਂ ਬਾ ਕਲਮ ਖੁਦ ਤਾਤਾ ਥਾਣੇਦਾਰ ਵੱਲੋਂ ਮੁਬਾਰਕਬਾਦ ਹੋਵੇ। ਠੀਕ ਹੈ ਚੌਧਰੀ ਸਾਹਿਬ, ਮੈਨੂੰ ਇਜਾਜ਼ਤ ਦਿਓ, ਮੈਨੂੰ ਚੌਕੀ 'ਚ ਹੋਰ ਵੀ ਕੰਮ ਹੈ। ਅੱਲਾ ਹਾਫਿਜ਼। ਅੱਲਾ ਹਾਫਿਜ਼। ਚੱਲ ਬਈ ਬਨਾਰਸ ਜੀ ਸਾਰੇ। ਚੌਧਰੀ ਸਾਹਿਬ, ਅੱਜ ਤੁਸਾਂ ਨਾ ਨੇਕੀ ਕਰਨੇ ਨਾ ਦਿਹਾੜਾ ਆ, ਤਾਂ ਹੈਕ ਨੇਕੀ ਹੋਰ ਕਰੋ। ਉਹ ਕਿਹੜੀ? ਉਹ ਜਿਹੜੀ ਮੇਰੇ ਨਾਲ ਖੜੀ, ਮਾੜਾ ਮਤਲਬ ਆ ਮਾੜਾ ਤੇ ਇਸ ਨਾਲ ਨਿਕਾਹ ਪੜਾਈ ਛੋੜੋ ਨਾ, ਸੁੱਕੇ ਇਸਨੀਆਂ ਗਲੀਆਂ ਨੇ ਦਿਹਾੜੀ ਸੱਤ ਸੱਤ ਫੇਰੇ ਲਾਣਾ ਹੈ। ਹਾਂ ਨਾ ਚੋਈ ਜੀ, ਮੌਲਵੀ ਸਾਹਿਬ ਵੀ ਮੌਜੂਦ ਨੇ, ਨਾਲੇ ਉਹ ਕਿਹਾ ਆਪਣੇ ਰਸਮੇ ਦੁਨੀਆਂ ਵੀ ਹੈ, ਮੌਕਾ ਵੀ ਹੈ, ਦਸਤੂਰ ਵੀ ਹੈ, ਪੜਾਈ ਛੋੜੋ ਨਾ ਜੀ। ਔਰ ਭਖਿਆ ਹੋਇਆ ਤੁਸਾਂ ਨੇ ਤੰਦੂਰ ਵੀ ਹੈ। ਜੇ ਤੁਸੀਂ ਆਖਦੇ ਹੋ ਇਹ ਵੀ ਨੇਕੀ ਨਾਲ ਕੰਮ ਕਰੀ ਛੋੜਦੇ ਆ, ਠੀਕ ਹੈ ਬਾਬਾ।